ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ, ਮੈਂ ਤੁਹਾਡੀ ਹੋਸਟ ਆਸ਼ਮਤਾ। ਸਾਰੇ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ, ਲਗਾਤਾਰ ਪੰਜਾਬ ਇਲੈਕਸ਼ਨਸ ਨੂੰ ਲੈ ਕੇ ਸਾਡੀ ਇਸ ਮੰਚ 'ਤੇ ਕਵਰੇਜ ਹੋ ਰਹੀ ਹੈ। ਅਤੇ ਜਿੱਥੇ ਇਲੈਕਸ਼ਨਸ ਦੀ ਗੱਲ ਆਉਂਦੀ ਹੈ, ਪਿਛਲੇ ਹਫ਼ਤੇ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਇੱਕ ਨੁਮਾਇੰਦੇ MLA ਅਮਨ ਅਰੋੜਾ ਜੀ ਸਾਡੇ ਨਾਲ ਜੁੜੇ ਸੀ, ਅਤੇ ਉਹਨਾਂ ਨੇ ਸਾਨੂੰ ਥੋੜ੍ਹੀ ਜਿਹੀ ਡਿਟੇਲ ਵਿੱਚ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਜੋ ਖਾਸ ਕਰਕੇ ਅਰਵਿੰਦ ਕੇਜਰੀਵਾਲ ਜੀ ਦਾ ਜੋ ਐਲਾਨ ਬਿਜਲੀ ਨੂੰ ਲੈ ਕੇ ਪੰਜਾਬ ਦੇ ਵਿੱਚ ਕੀਤਾ ਗਿਆ, ਉਹਦੇ 'ਤੇ ਐਗਜ਼ੀਕਿਊਸ਼ਨ ਕਿੱਦਾਂ ਹੋਏਗੀ। ਵਾਅਦੇ ਕਰਨੇ ਬਹੁਤ ਸੌਖੇ ਹੁੰਦੇ, ਉਹਨਾਂ 'ਤੇ ਡਿਲੀਵਰ ਕਰਨਾ ਬਹੁਤ ਔਖਾ ਹੁੰਦਾ, ਅਤੇ ਰਾਜਨੀਤੀ ਦੇ ਵਿੱਚ ਜੋ ਡਿਲੀਵਰੀ ਹੈਗੀ ਵੱਖ ਵੱਖ ਪ੍ਰੋਮਿਸਿਸ 'ਤੇ, ਉਹ ਅਕਸਰ ਸਾਨੂੰ ਵੇਖਣ ਨੂੰ ਨਹੀਂ ਮਿਲਦੀ, ਖਾਸ ਕਰਕੇ ਜਿੱਥੇ ਪੰਜਾਬ ਦੀ ਗੱਲ ਆਉਂਦੀ ਹੈ। ਬਟ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਇਹ ਸਿਰਫ ਇੱਕ ਰਾਜਨੀਤਿਕ, ਇੱਕ ਮਹਿੰਗਾਈ ਅਤੇ ਤੁਸੀਂ ਸਬਸਿਡੀਜ਼ ਦਾ ਕਹਿ ਲਓ ਮਸਲਾ ਨਹੀਂ ਹੈਗਾ। ਪੰਜਾਬ ਦੇ ਵਿੱਚ ਬਿਜਲੀ ਦੀ ਜਦੋਂ ਗੱਲ ਆਉਂਦੀ ਹੈ, ਸਾਨੂੰ ਪੰਜਾਬ ਸਟੇਟ ਪਾਵਰ ਕਾਰਪ ਦੀ ਵੀ ਗੱਲ ਕਰਨੀ ਚਾਹੀਦੀ ਹੈ। ਜੋ ਇਹ ਐਂਟੀਟੀ ਹੈਗੀ, ਜੋ ਇਹ ਬੋਡੀ ਹੈਗੀ ਜੋ ਬਿਜਲੀ ਨੂੰ ਜਨਰੇਟ ਕਰਕੇ ਡਿਸਟ੍ਰੀਬਿਊਟ ਕਰਦੀ, ਉਹਦੀ ਗੱਲ ਕਰਨੀ ਚਾਹੀਦੀ ਹੈ। ਇਨਫੈਕਟ ਜਦੋਂ ਪੰਜਾਬ ਦੇ ਵਿੱਚ ਸਬਸਿਡੀਜ਼ ਦੀ ਗੱਲ ਆਉਂਦੀ ਹੈ, ਜਦੋਂ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੀ ਗੱਲ ਆਉਂਦੀ ਹੈ, ਕੁਛ ਹੈਡਲਾਈਨ ਸਾਨੂੰ ਅੱਜ ਕੱਲ੍ਹ ਇਹ ਵੀ ਦੱਸ ਰਹੀ ਹੈ ਦੈਟ ਦ ਪੰਜਾਬ ਇਲੈਕਟ੍ਰਿਸਿਟੀ ਬੋਰਡ ਇਜ਼ ਪਾਵਰਲੈਸ। ਤੁਸੀਂ ਵੇਖ ਸਕਦੇ ਹੋ ਕਿ ਇਸ ਐਂਟੀਟੀ ਨੂੰ ਪਾਵਰ ਸ਼ੋਰਟੇਜ, ਪਾਵਰ ਦੀ ਕਮੀ ਫੇਸ ਹੋ ਰਹੀ ਹੈ। ਅਤੇ ਇਹਦੀ ਗੱਲ ਅੱਜ ਥੋੜ੍ਹੀ ਜਿਹੀ ਜਾਣਕਾਰੀ ਦੇ ਵਿੱਚ ਕਰਾਂਗੇ ਕਿ ਜਦੋਂ ਬਿਜਲੀ ਦੀ ਗੱਲ ਆਉਂਦੀ ਹੈ, ਬਿਜਲੀ ਦੀ ਕੀ ਕੁਛ ਰਿਸਟ੍ਰੇਂਟਸ ਹਨ, ਕੀ ਰਿਕੁਆਇਰਮੈਂਟਸ ਹੈਗੀਆਂ, ਅਤੇ ਕਿੰਨੀ ਕੁ ਡਿਲੀਵਰ ਕਰ ਸਕਦੇ ਹੈ ਵੱਖ ਵੱਖ ਪੋਲੀਟੀਸ਼ੀਅਨਸ ਆਪਣੇ ਵਾਅਦਿਆਂ 'ਤੇ। ਅਤੇ ਆਫਕੋਰਸ ਬਿਜਲੀ ਨੂੰ ਲੈ ਕੇ ਜਿੱਥੇ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਲੱਗਿਆ ਹੋਇਆ, ਪੰਜਾਬ ਦੇ ਵਿੱਚ ਇਸ ਪੰਜਾਬ ਸਟੇਟ ਪਾਵਰ ਕਾਰਪ 'ਤੇ ਅੱਗੇ ਵੀ ਲੱਗਿਆ, ਬਿਕੋਜ਼ ਕਿਸਾਨਾਂ ਨੂੰ ਵੀ ਬਿਜਲੀ ਦੀ ਤੰਗੀ ਪੈ ਰਹੀ ਹੈ। ਅਤੇ ਆਫਕੋਰਸ ਅਗਰ ਕਿਸਾਨ ਬਿਜਲੀ ਨਹੀਂ ਲੈ ਸਕਦਾ, ਆਮ ਆਦਮੀ ਬਿਜਲੀ ਨਹੀਂ ਲੈ ਸਕਦਾ, ਤਾਂ ਸਵਾਲ ਉੱਠਦਾ ਪੰਜਾਬ ਸਟੇਟ ਪਾਵਰ ਕਾਰਪ 'ਤੇ ਕਿ ਬਿਜਲੀ ਦੇ ਵਿੱਚ ਆਖਿਰਕਾਰ ਕੀ ਮਸਲਾ ਹੈਗਾ, ਕਿਉਂ ਬਿਜਲੀ ਦੀ ਕਮੀ ਪੈ ਰਹੀ ਹੈ, ਅਤੇ ਕਿਸ ਤਰ੍ਹਾਂ ਇਹਦਾ ਹੱਲ ਹੋ ਸਕਦਾ। ਅਤੇ ਇੱਥੇ ਕਿੰਨਾ ਕੁ ਜੋ ਵਾਅਦਾ ਪੋਲੀਟੀਸ਼ੀਅਨਸ ਕਰ ਰਹੇ, ਕਿੰਨੇ ਕੁ ਉਹਦੇ 'ਤੇ ਉਹ ਡਿਲੀਵਰ ਕਰ ਸਕਦੇ ਹੈ। ਸੋ ਇਸ ਚੀਜ਼ 'ਤੇ ਸਾਡੇ ਨਾਲ ਅੱਜ ਡਿਸਕਸ਼ਨ ਕਰਨ ਲਈ ਜੁਆਇਨ ਕਰੇ ਸਾਡੇ ਗੈਸਟ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਨਾ ਕਿ ਸਿਰਫ ਇਸ ਮਸਲੇ 'ਤੇ ਜੋ ਰਾਜਨੀਤਿਕ ਪੱਖ ਹੈਗਾ ਉਹਨੂੰ ਆਪਾਂ ਕਵਰ ਕੀਤਾ ਹੈ, ਬਟ ਜੋ ਐਕਚੁਅਲ ਮੈਂ ਕਹਾਂਗੀ ਇੱਕ ਇੰਜੀਨੀਅਰਸ ਪਰਸਪੈਕਟਿਵ ਹੈਗਾ ਇਸ ਬਿਜਲੀ ਦੇ ਇਸ਼ੂ ਨੂੰ ਲੈ ਕੇ, ਉਹਦੀ ਅੱਜ ਗੱਲ ਕਰਨ ਜਾ ਰਹੇ ਹਾਂ। ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਸਾਡੇ ਅੱਜ ਸ਼ਾਮ ਦੇ ਗੈਸਟ, ਇੱਕ ਰਿਟਾਇਰਡ ਚੀਫ ਇੰਜੀਨੀਅਰ ਪੰਜਾਬ ਸਟੇਟ ਪਾਵਰ ਕਾਰਪ ਦੇ ਨਾਲ ਜੁੜੇ 30 ਤੋਂ ਵੱਧ ਸਾਲਾਂ ਤੋਂ ਸਾਡੇ ਨਾਲ ਅੱਜ ਜੁੜੇ BS ਮਥਾਰੂ ਜੀ। ਮਥਾਰੂ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ NRIs ਨੂੰ ਔਰ ਸਾਰੇ ਪੰਜਾਬੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਗੁੱਡ ਟੂ ਹੈਵ ਯੂ ਮਥਾਰੂ ਜੀ। ਵਾਂਸ ਅਗੇਨ, ਤੁਸੀਂ ਰਿਟਾਇਰਡ ਚੀਫ ਇੰਜੀਨੀਅਰ ਰਹਿ ਚੁੱਕੇ ਹੋ ਪਾਵਰਕੌਮ ਦੇ ਨਾਲ, 30 ਤੋਂ ਵੱਧ ਸਾਲਾਂ ਦੇ ਲਈ ਤੁਸੀਂ ਵੱਖ ਵੱਖ ਅਹੁਦਿਆਂ 'ਤੇ ਇਸ ਐਂਟੀਟੀ ਦੇ ਵਿੱਚ ਕੰਮ ਕੀਤਾ। ਇਲੈਕਟ੍ਰੀਕਲ ਇੰਜੀਨੀਅਰ ਦੇ ਵਿੱਚ, ਇੰਜੀਨੀਅਰਿੰਗ ਦੇ ਵਿੱਚ ਤੁਹਾਡੀ ਸਪੈਸ਼ਲਟੀ ਹੈਗੀ। ਆਮ ਸੋ ਗਲੈਡ ਮਥਾਰੂ ਜੀ ਕਿ ਤੁਸੀਂ ਅੱਜ ਸਾਡੇ ਨਾਲ ਜੁੜ ਕੇ ਸਾਨੂੰ ਥੋੜ੍ਹੀ ਜਿਹੀ ਮਤਲਬ ਉਹ ਫੈਕਟ ਅਤੇ ਡੀਟੇਲਸ ਦੱਸ ਸਕਦੇ ਹੋ, ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੋ ਸਿੰਪਲ ਸ਼ਬਦਾਂ ਦੇ ਵਿੱਚ, ਜਿਨ੍ਹਾਂ ਦੇ ਬਲਬੂਤੇ 'ਤੇ ਵੱਖ ਵੱਖ ਐਲਾਨ ਸਾਨੂੰ ਸੁਣਨ ਨੂੰ ਮਿਲ ਰਹੇ ਆ ਸਾਰੀ ਪੋਲੀਟੀਕਲ ਪਾਰਟੀਜ਼ ਤੋਂ। ਸਭ ਤੋਂ ਪਹਿਲੇ ਮਥਾਰੂ ਜੀ, ਜੋ ਇਹ ਰੀਸੈਂਟ ਕੁਛ ਹੈਡਲਾਈਨਸ ਖਬਰਾਂ ਦੇ ਵਿੱਚ ਸੁਣਨ ਨੂੰ ਮਿਲ ਰਹੀਆਂ, ਵਾਈ ਇਜ਼ ਪਾਵਰਕੌਮ, ਵਾਈ ਇਜ਼ ਪੰਜਾਬ ਸਟੇਟ ਪਾਵਰ ਕਾਰਪ ਪਾਵਰਲੈਸ, ਬਿਜਲੀ ਦੀ ਕਮੀ ਪੈ ਰਹੀ ਹੈ, ਇੱਕ ਵਾਰੀ ਫਿਰ ਅਗਰ ਸਿੰਪਲ ਸ਼ਬਦਾਂ ਵਿੱਚ ਇਹਨੂੰ ਐਕਸਪਲੇਨ ਕਰਨਾ ਹੋਏ, ਇਹ ਇੱਕ ਕਰਪਸ਼ਨ ਦਾ ਇਸ਼ੂ ਹੈ, ਮਿਸਮੈਨੇਜਮੈਂਟ ਦਾ ਇਸ਼ੂ ਹੈ, ਜਾਂ ਐਕਚੁਅਲ ਦੇ ਵਿੱਚ ਇੱਕ ਰਿਸੋਰਸ ਦੀ ਘਾਟ ਪੈ ਰਹੀ ਹੈ, ਇਸ ਕਰਕੇ ਬਿਜਲੀ ਦੀ ਕਮੀ ਮਹਿਸੂਸ ਹੋ ਰਹੀ ਹੈ ਇਸ ਵੇਲੇ? ਮੈਮ, ਜਿੱਥੋਂ ਤੱਕ ਤੁਸੀਂ ਸਪਲਾਈ ਪ੍ਰੋਬਲਮ ਦੀ ਗੱਲ ਕੀਤੀ ਜੋ ਅੱਜ ਕੱਲ੍ਹ ਫੇਸ ਹੋ ਰਹੀ ਹੈ ਪੰਜਾਬ ਦੇ ਵਿੱਚ, ਔਰ ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਕਿਉਂਕਿ ਮੈਂ ਇੱਕ ਰਿਟਾਇਰਡ ਆਫਿਸਰ ਹਾਂ ਪਾਵਰਕੌਮ ਦਾ, ਪੰਜਾਬ ਸਟੇਟ ਪਾਵਰਕੌਮ ਤੋਂ, ਔਰ ਜੋ ਮੈਂ ਇੱਕ ਮੈਟਰ ਕਲੀਅਰ ਕਰਨਾ ਚਾਹੁੰਦਾ ਇਨ ਐਡਵਾਂਸ ਮੈਮ, ਉਹ ਇਹ ਹੈ ਕਿ ਜਿਹੜੀ ਸਾਡੀ ਡਿਸਕਸ਼ਨ ਹੋਏਗੀ, ਦਿਸ ਇਜ਼ ਟੋਟਲੀ ਪ੍ਰਾਈਵੇਟ ਐਂਡ ਪਰਸਨਲ, ਯੂ ਕੈਨ ਸੇ ਬਿਲਕੁਲ, ਦਿਸ ਇਜ਼ ਨੋਟ ਇਨ ਐਨੀ ਆਫੀਸ਼ੀਅਲ ਕੈਪੈਸਿਟੀ ਐਂਡ ਇਟ ਹੈਜ਼ ਨੋ ਐਨੀ ਜੋ
लीगल वैलिडिटी दी जी जी कोई नहीं मनी जाएगी क्योंकि जो डाटा जो कुछ भी है दैट्स ऑल अप्रोक्सीमेट यू कैन से जी. नाउ कमिंग टू द पॉइंट यू सेड योर सप्लाई प्रॉब्लम दे बारे वो दरअसल ये है कि जिस तरह साड़ी समर और पैडी सीजन दे विच जो डिमांड है वो बहुत ज़्यादा इनक्रीज कर जाती है. जे मैं डाटे की गल करा जिस तरह साड़ी एक एवरेज डिमांड जो बाकी 8 महीने रहती है वो आलमोस्ट 6000 मेगावाट के करीब होंगे साडा, जबकि ये ना 4 मंथ्स के पैडी सीजन और समर सीजन के इट इनक्रीज टू 14,000 जी मेगावाट, डबल तो भी ज़्यादा जी सा इनक्रीज हो जाती है. सो वी हैव टू मैनेज ऑल दिस विद दी आवर प्लांट्स एंड परचेज फ्रॉम दी सेंट्रल पूल जो बाहर तो असी परचेज करते हैं उन्होंने एडवांस एग्रीमेंट करके. सो एट दिस मोमेंट मैं दसना चाहना साढ़े जो प्लांट्स की प्रॉब्लम्स करके कुछ तलवंडी साहब एक प्लांट बंद है और शायद इतने जो गोइंदवाल का प्लांट उत्थे भी कुछ प्रॉब्लम है उस करके ये जी टेंपरेरी एक प्रॉब्लम जी अराइज हुई है जिद करके सू पावर कट्स और जो इंडस्ट्री कट जो वो लगाना पै रहा है. अदरवाइज नॉर्मल वेज लास्ट ईयर या लास्ट टू लास्ट यू कैन से यू सी वी मैनेज ऑल दीज थिंग्स. दूसरा थोड़ा ये है भी जिस तरह रेनी सीजन थोड़ा लेट होन करके भी जिहड़ा डिमांड बहुत ज़्यादा इनक्रीज़ हो रही है और उदे करके सानू जिहड़ी ये प्रॉब्लम फेस हो रही है जी जी. और इहदे च मेनली आपां मिसमैनेजमेंट ही प्रोबेबली कह सकांगे क्योंकि वो जिहड़ी चीज़ां व्यू करके ही सानू सारा कुछ करना हुंदा है जी जी. मथारू जी ऑफकोर्स यू नो पंजाब की जो गल की जाती है खास करके अब्रॉड दे विच कोई भी मुद्दा पॉलिटिक्स तो ज़्यादा हटके नहीं हुंदा. इहदे विच जो तुसीं मिसमैनेजमेंट की गल करते हो इहदे विच ब्यूरोक्रेसी दी साइड तो एदा जवाब मिल सकता है या एक राजनीतिक पक्ष तो एदा रेजोल्यूशन एदा हल हो सकता है जो ए मिसमैनेजमेंट बिजली नू लैके इस वेले वेखन मिल रही है. इहदे च मैम जो मैं सोचदा हूँ ये है भी टेक्नोक्रैट्स नू जे असी ज़्यादा पिछे सुटांगे तो उहदे नाल ही ये प्रॉब्लम्स अराइज हुंदियां ने बेसिकली जे आप उन्हां दी गल प्रॉपर नहीं सुनते टाइमली जे उहदे ते एक्ट नहीं करते एडमिनिस्ट्रेशन जो भी है जां पंजाब सरकार सारा जो ब्यूरोक्रेसी ने टेक्नोक्रेट्स बेस ही जाना हुंदा है. सो वो चीज़ शायद किते लैक हुई लगती है कि क्योंकि पिछले इस साल तो जिस तरह पहला साढ़े जो CMD लगाए जाते सीगे वो टेक्नोक्रैट ही साढ़े चीफ इंजीनियर रिटायर्ड ही होंगे सके दो दे नो बैटर अबाउट दिस सिस्टम एंड मोर ओवर जेडे हुण जिस तरह CMD लगाए जाते हैं उन्होंने को ड्यूल चार्ज ट्रिपल चार्जिज है सो दे कैन नॉट कंट्रीब्यूट मच टू द डिपार्टमेंट जिन्ना करना चाहिए. जी जी ये भी एक मथारू जी यू स्पोकन लाइक अ ट्रू इंजीनियर कि साइंस नू अगे रखना चाहिए है कि अगर साइंस की प्रॉब्लम हैगा प्रॉब्लम हैगी देन साइंस तो ही ओदा हल मिल सकता है. मथारू जी आई हैव सम मोर क्वेश्चंस फॉर यू ऑफ कोर्स कि बिजली नू आखिरकार अगर इस इशू नू अगर एक आम आदमी लई सॉल्व करना है ओदे विच कॉस्ट दी भी गल आंदी है इहदे बारे मैं तुहाडे नाल कुछ सवाल रखना चाहती हूँ. इत्थे एक छोटे ब्रेक ले रुक रहे हैं. BS मथारू जी रिटायर्ड चीफ इंजीनियर पावरकॉम तो साडे नाल जुड़े हैं तुसी भी इस तरह जुड़े रहो मिलते हैं ब्रेक तो उस पार. तुसी वेख रहे हो प्रोग्राम अज दा मुद्दा ते गल हो रही है बिजली दी पंजाब दी बिजली दी. ऑफकोर्स जिथे वक वक पॉलिटिशियंस पंजाब दी बिजली नू लैके ऐलान कर रहे हैं कि तुहानू मुफ्त दवांगे तुहानू ए सबसिडी दवांगे तुहानू ओ दवांगे सानू इलैक्ट कर लो. साडी अज गल हो रही है कि किन्ने क ए ऐलान डूएबल भी हैगे इन वादियां ते किन्ना क डिलीवर कर सकदे आ ते करना चाहीदा है. एक इंजीनियर्स परस्पेक्टिव तो बिजली नू लैके एक फैक्ट बेस्ड गल हो रही है अज दे प्रोग्राम दे विच ते मैं एक बारी फिर स्वागत करदी हां साडे अज शाम दे गेस्ट BS मथारू जी रिटायर्ड चीफ इंजीनियर पावरकॉम तो. मथारू जी एक बारी फिर तुहानू प्रोग्राम दे विच स्वागत करदे हां. थैंक यू सो मच फॉर यू नो आई अप्रीशिएट
कि तुसी ए बहुत इंपॉर्टेंट गल साडे लई नोट कीती कि जिथे साइंस दी गल आंदी है, जिथे साइंस दे इशूज नू रिजॉल्व करन दी गल आंदी है, ते उहदा हल भी साइंस तो ही लभना चाहिए कि इस मसले दे विच टेक्नोक्रैट्स नू अगे रखना चाहिए एंड शायद किथे ना किथे ओ चीज़ नहीं अज दी डेट दे विच वेखण नू मिल रही। बट इन एनी केस यू नो एक अगर आपां आम आदमी दी गल करिए कॉमन मैन लई पंजाब दे विच अज दी डेट दे विच बिजली इन्नी महंगी क्यों पै रही है? ਸੁਨੀਤਾ ਜੀ, ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ, ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਹਮੇਸ਼ਾ ਹੀ ਥਰੂ ਆਊਟ ਇੰਡੀਆ ਇੱਕ ਪ੍ਰੋਸਪਰਸ ਜੋ ਸਟੇਟ ਗਿਣਿਆ ਗਿਆ ਆ, ਉਹ ਬੜਾ ਖੁਸ਼ਹਾਲ ਸੂਬਾ ਅਸੀਂ ਇਹਨੀ ਮੰਨਦੇ ਹਾਂ ਇਨ ਆਲ ਰਿਸਪੈਕਟਸ, ਕਿਉਂਕਿ ਸਾਡੇ ਲੋਕ ਬਹੁਤ ਮਿਹਨਤੀ ਵੀ ਹੈ ਔਰ ਬੜਾ ਸਿਸਟਮ ਅਸੀਂ ਅੱਛੀ ਤਰੀਕੇ ਨਾਲ ਚਲਾਉਂਦੇ ਹਾਂ। ਇਸੇ ਤਰ੍ਹਾਂ ਜੇ ਮੈਂ ਬਿਜਲੀ ਸਿਸਟਮ ਦੀ ਵੀ ਗੱਲ ਕਰਾਂ ਤਾਂ ਥਰੂ ਆਊਟ ਦਾ ਈਅਰਸ ਅਸੀਂ ਆਲ ਸਟੇਟਸ ਦੇ ਨਾਲੋਂ ਹਮੇਸ਼ਾ ਹੀ ਬੈਟਰ ਹੀ ਕਰਦੇ ਰਹੇ ਹਾਂ, ਕਿਉਂਕਿ ਸਾਡੇ ਲੋਕਾਂ ਦੇ ਜਿਹੜੇ ਡਿਮਾਂਡਸ ਹੈਗੀਆਂ ਉਹ ਵੀ ਆਮ ਸਟੇਟਸ ਨੂੰ ਜਦੋਂ ਦੇਖੋ ਉਹ ਬਹੁਤ ਜ਼ਿਆਦਾ ਅੱਛੇ ਡਿਮਾਂਡਸ ਨੇ, ਬੈਟਰ ਦੇ ਵਾਂਟ ਬੈਟਰ ਲਿਵਿੰਗ, ਉਹਦੇ ਲਈ ਨੈਚੁਰਲੀ ਜਿਹੜਾ ਹੈ ਇਲੈਕਟ੍ਰੀਸਿਟੀ ਇਜ਼ ਦਾ ਮੇਨ ਪਾਰਟ। ਇਸ ਲਈ ਆਪਾਂ ਡਿਵੈਲਪਮੈਂਟ ਦੀ ਜੇ ਗੱਲ ਕਰਦੇ ਹਾਂ ਸਟੇਟ ਦੀ, ਉਹਦੇ ਵਿੱਚ ਵੀ ਜਿਹੜਾ ਇਲੈਕਟ੍ਰੀਸਿਟੀ ਦਾ ਰੋਲ ਹੈ ਉਹਨੂੰ ਅਸੀਂ ਇੱਕ ਧੁਰਾ ਮੰਨਦੇ ਹਾਂ ਬੇਸ ਕਿ ਇਹ ਜੇ ਡਿਵੈਲਪਮੈਂਟ ਜੇ ਇਲੈਕਟ੍ਰੀਸਿਟੀ ਤੁਹਾਡੀ ਪ੍ਰੋਪਰ ਸਿਸਟਮ ਹੈਗਾ ਚੱਲ ਰਿਹਾ ਪ੍ਰੋਪਰ ਤੁਹਾਡੇ ਕੋਲ ਮੈਨੇਜ ਹੋ ਰਹੀ ਹੈ ਤਾਂ ਹੀ ਉਹ ਸਟੇਟ ਜਿਹੜਾ ਉਹ ਡਿਵੈਲਪ ਕਰ ਸਕਦਾ। ਔਰ ਇਸੇ ਪਰਸਪੈਕਟਿਵ ਦੇ ਜੋ ਤੁਸੀਂ ਹੁਣ ਸਵਾਲ ਕੀਤਾ ਰੇਟ ਦੇ ਬਾਰੇ ਵਿੱਚ, ਰੇਟ ਮੈਂ ਦੋ ਤਰੀਕੇ ਦੇ ਰੇਟਸ ਐਕਚੁਅਲੀ ਅਸੀਂ ਕੰਸਿਡਰ ਕਰਦੇ, ਇੱਕ ਅਸੀਂ ਲੈਂਦੇ ਹਾਂ ਐਵਰੇਜ ਕੋਸਟ ਜਿਹੜੀ ਸਾਡੀ ਸਪਲਾਈ ਦੀ ਉਹ ਕੀ ਹੈ, ਇਹ ਇੱਕ ਹੈਗਾ ਕਿ ਜਿਹੜੀ ਅਸੀਂ ਚਾਰਜ ਕਰ ਰਹੇ ਹਾਂ, ਕਿਉਂਕਿ ਡਿਫਰੈਂਟ ਕੈਟਾਗਰੀਜ਼ ਨੂੰ ਡਿਫਰੈਂਟ ਤੌਰ 'ਤੇ ਹੀ ਚਾਰਜ ਉਹ ਹੁੰਦਾ ਹੈਗਾ ਜਿਸ ਤਰ੍ਹਾਂ ਵੀ ਪਲਾਨ ਕੀਤਾ ਜਾਂਦਾ ਆ। ਸੋ ਜੇ ਐਵਰੇਜ ਕੋਸਟ ਦੀ ਗੱਲ ਕਰੀਏ ਤਾਂ ਐਵਰੇਜ ਕੋਸਟ ਸਾਡੀ ਸਹੀ ਹੈ ਬਾਕੀ ਸਟੇਟਸ ਦੇ ਨਾਲ, ਜੇ ਇਟਸ ਵੈਰੀ ਮੱਚ ਕੰਪੈਰੇਬਲ। ਅਤੇ ਔਰ ਜਿਹੜੇ ਜ਼ਿਆਦਾ ਕੋਸਟ ਦੀ ਗੱਲ ਕਰਦੇ ਹਾਂ, ਪਹਿਲਾਂ ਮੈਂ ਇਹ ਦੱਸਦਾ ਜਿਹੜੇ ਰੇਟਸ ਹੈ ਕਈਆਂ ਦੇ ਦਿਮਾਗ ਦੇ ਵਿੱਚ ਇਹ ਬੜੀ ਗੱਲ ਆਉਂਦੀ ਹੈ ਕਿ ਸ਼ਾਇਦ ਸਰਕਾਰ ਦੀ ਜਾਂ ਕਿਸੇ ਦੀ ਵੀ ਜੋ ਮਰਜ਼ੀ ਹੈ ਉਹ ਰੇਟ ਲਗਾ ਸਕਦਾ। ਇਹ ਇੱਕ ਇਹ ਪੁਆਇੰਟ ਵੀ ਕਲੀਅਰ ਕਰਨ ਵਾਲਾ ਹੈ ਪਬਲਿਕ ਲਈ, ਕਿਉਂਕਿ ਉਹ ਜਿਹੜਾ ਇੱਕ ਰੇਟ ਤੈਅ ਕਰਨ ਦਾ ਸਿਸਟਮ ਹੈ ਉਹ ਬੜਾ ਹੀ ਇੱਕ ਸਿਸਟਮੈਟਿਕ ਤਰੀਕੇ ਨਾਲ ਇੱਕ ਰੈਗੂਲੇਟਰੀ ਪੰਜਾਬ ਸਟੇਟ ਇਲੈਕਟ੍ਰੀ ਰੈਗੂਲੇਟਰੀ ਕਮਿਸ਼ਨ ਹੈ ਜਿਹੜਾ ਕਿ ਇਹਨੂੰ ਸਾਰੇ ਪ੍ਰੋਸਪੈਕਟ ਨੂੰ ਦੇਖ ਕੇ ਕਿੰਨੇ ਖਰਚੇ ਆ, ਕਿੱਥੋਂ ਬਿਜਲੀ ਆਉਣੀ, ਕਿੰਨੇ ਹੈ, ਕਿੰਨੇ ਇੰਪਲੋਈਜ਼ ਨੇ, ਜੋ ਵੀ ਪਿਛਲੀਆਂ 3 ਸਾਲ ਦੀਆਂ ਸਾਰੀਆਂ ਬੈਲੈਂਸ ਸ਼ੀਟ ਦੇਖ ਕੇ ਔਰ ਇਸ ਸਾਲ ਦਾ ਸਾਰਾ ਆਉਣ ਵਾਲੇ ਸਾਲ ਵਿੱਚ ਤੁਸੀਂ ਕੀ ਕਰਨਾ, ਕਿੱਥੇ ਖਰਚਾ ਕਰਨਾ, ਕੀ ਹੈ, ਸਾਰਾ ਚੀਜ਼ ਦੇਖ ਕੇ ਫਿਰ ਹੀ ਉਹ ਰੇਟਸ ਜਿਹੜੇ ਆ ਉਹ ਤੈਅ ਹੋ ਜਾਂਦੇ ਆ। ਔਰ ਜਿੱਥੋਂ ਤੱਕ ਇਲੈਕਟ੍ਰੀਸਿਟੀ ਡਿਪਾਰਟਮੈਂਟ ਦਾ ਗੱਲ ਹੈ, ਇਲੈਕਟ੍ਰੀਸਿਟੀ ਡਿਪਾਰਟਮੈਂਟ ਨੇ ਤਾਂ ਜਿਹੜੀ ਬਿਜਲੀ ਦੇਣੀ ਹੈ ਉਹਦਾ ਪੈਸੇ ਲੈਣੇ ਹੀ ਆ, ਦੈਟ ਇਜ਼ ਕਲੀਅਰ। ਹੁਣ ਵੈਦਰ ਉਹ ਜਿਹੜੇ ਪੈਸੇ ਆ ਕੰਜ਼ੂਮਰ ਦਿੰਦਾ ਹੈ ਜਾਂ ਸਰਕਾਰ ਦਿੰਦੀ ਹੈ, ਦੈਟਸ ਅਨਦਰ ਇਸ਼ੂ, ਉਹ ਗਵਰਨਮੈਂਟ 'ਤੇ ਚੀਜ਼ ਆ ਜਾਂਦੀ ਜਿਹਨੂੰ ਅਸੀਂ ਸਬਸਿਡੀ ਦਾ ਨਾਂ ਦੇ ਦਿੰਦੇ ਹਾਂ। ਸਬਸਿਡੀ ਇਜ਼ ਆਲਵੇਜ਼ ਪੇਡ ਬਾਈ ਦੀ ਗਵਰਨਮੈਂਟ ਟੂ ਦੀ ਇਲੈਕਟ੍ਰੀਸਿਟੀ ਡਿਪਾਰਟਮੈਂਟ। ਇਹ ਇੱਕ ਚੀਜ਼ ਹੈ, ਜਿਵੇਂ ਆ ਹੁਣ ਤੁਸੀਂ ਗੱਲ ਕੀਤੀ ਸੀ ਕਿ 300 ਯੂਨਿਟ ਉਹਨਾਂ ਨੇ ਅਨਾਊਂਸ ਕਰ ਦਿੱਤਾ ਕਿ ਆਪਾਂ ਫ੍ਰੀ ਦੇਵਾਂਗੇ, ਠੀਕ ਹੈ। ਉਹ ਫ੍ਰੀ ਜਿਹੜਾ ਹੈਗਾ ਆ ਉਹ ਫ੍ਰੀ ਪੰਜਾਬ ਸਰਕਾਰ ਨੇ ਆਪਣੇ ਖਜ਼ਾਨੇ 'ਚੋਂ ਇਲੈਕਟ੍ਰੀਸਿਟੀ ਡਿਪਾਰਟਮੈਂਟ ਨੂੰ ਦੇਣਾ ਸਾਡੇ ਵੱਲੋਂ, ਤਾਂ ਚਾਹੇ ਸਾਰਾ ਫ੍ਰੀ ਕਰ ਦੇਣ ਉਹ ਪੰਜਾਬ ਗਵਰਨਮੈਂਟ ਜੇ ਓਨ ਕਰ ਸਕਦੀ ਹੈ ਜੀ। ਬਟ ਮੇਨ ਥਿੰਗ ਇਜ਼ ਕਿ ਵੀ ਆਲ ਨੋ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਰਜ਼ੇ ਅਧੀਨ ਚੱਲਦੀ ਪਈ ਹੈ, ਡੈਬਟ 'ਚ ਸਾਡਾ ਘਾਟੇ ਦਾ ਬਜਟ ਹੈ ਸਾਰਾ ਕੁਛ ਹੈ, ਅਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਵਾਇਬਿਲਿਟੀ ਕਿੰਨੀ ਕੁ ਰੱਖਦੀਆਂ ਸਾਨੂੰ ਸਾਰਿਆਂ ਨੂੰ ਪਤਾ ਹੈ। ਇੱਕ ਐਕਸਟਰਾ ਬੋਝ, ਪਹਿਲਾਂ ਵੀ 200 ਯੂਨਿਟ ਜਿਹੜੀ ਹੈਗੀ ਆ ਉਹ ਮਾਰਜਨਲ ਫੈਮਿਲੀਜ਼ ਲਈ, ਵੀਕਰ ਸੈਕਸ਼ਨ ਲਈ ਪਹਿਲਾਂ ਵੀ ਚੱਲ ਰਹੀ ਹੈ ਜੀ, ਉਹ 200 ਯੂਨਿਟ ਪਰ ਮੰਥ, ਹਾਂਜੀ ਉਹ ਚੱਲਦਾ ਫਾਰ ਨੋਟ ਫਾਰ ਆਲ, ਅਤੇ 1 ਕਿਲੋਵਾਟ ਲੋਡ ਤੱਕ ਜੋ ਵੀਕਰ ਸੈਕਸ਼ਨ ਹੈਗਾ ਆ ਉਹਦੇ ਵਾਸਤੇ ਆਲਰੇਡੀ ਇਹ ਸਕੀਮ ਹੈਗੀ ਹੈ। ਇਹਨਾਂ ਨੇ ਅਨਾਊਂਸ ਕਰਤਾ ਫਾਰ ਆਲ ਨਾਓ, ਇਹਨਾਂ ਨੇ ਉਹ ਕੀਤਾ ਹੈਗਾ ਫਰਕ, ਠੀਕ ਹੈ। ਇਹਨੂੰ ਅਸੀਂ ਸਬਸਿਡੀ ਉਹਦੀ ਗੱਲ ਕਰਦੇ ਹਾਂ। ਜਿੱਥੋਂ ਤੱਕ ਕੋਸਟ ਦੀ ਗੱਲ ਤੁਸੀਂ ਕੀਤੀ ਹੈ, ਪੰਜਾਬ ਦੇ ਵਿੱਚ ਜਿਹੜੀ ਪਬਲਿਕ ਨੂੰ ਕੋਸਟ ਪੈ ਰਹੀ ਹੈ ਪਰ ਯੂਨਿਟ, ਉਹਦੇ ਵਿੱਚ ਅਸ਼ਮਿਤਾ ਜਿਹੜੇ 3-4 ਫੈਕਟਰਸ ਨੇ ਜਿਹਨਾਂ 'ਤੇ ਬੇਸਿਕਲੀ ਕੋਸਟ ਬੇਸ ਹੁੰਦੀ ਹੈ। ਟੈਕਨੀਕਲੀ ਜੇ ਆਪਾਂ ਗੱਲ ਕਰੀਏ ਉਹਦੇ 'ਚ ਇੱਕ ਤਾਂ ਕੋਸਟ ਆਫ ਪਾਵਰ ਪਰਚੇਜ਼ ਹੈ
ਕਿਉਂਕਿ ਸਾਡਾ ਜੇ ਆਪਾਂ ਜ਼ਿਆਦਾਤਰ ਕੀ ਹੈ ਦਿੱਲੀ ਨਾਲ ਕੰਪੇਅਰ ਕੀਤਾ ਜਾਂਦਾ ਜੀ, ਦਿੱਲੀ ਦੇ ਵਿੱਚ ਤਾਂ ਰੇਟ ਘੱਟ ਹੈ, ਦਿੱਲੀ 'ਚ ਇਹ ਹੈ ਉਹ ਹੈ, ਔਰ ਪੰਜਾਬ ਦਾ ਜੋ ਸਿਸਟਮ ਹੈ ਔਰ ਦਿੱਲੀ ਦਾ, ਅਸੀਂ ਉਹਨੂੰ ਸਟੇਟ ਵੇ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਸਾਡਾ ਜਿਹੜੀ ਪੀਕ ਡਿਮਾਂਡ ਹੈ ਫਿਰ ਸਿਰਫ 4 ਮਹੀਨੇ ਲਈ ਹੈ, ਜਿਹੜੀ ਕਿ ਐਵਰੇਜ ਨਾਲੋਂ ਡਬਲ ਤੋਂ ਵੀ ਜ਼ਿਆਦਾ ਆ। ਅਸੀਂ ਤਾਂ ਉਹਨੂੰ ਮੀਟ ਵਿਦ ਕਰਨਾ ਹੈਗਾ, ਉਹਨੂੰ ਮੀਟ ਵਿਦ ਕਰਨ ਲਈ ਸਾਡੇ ਖਰਚੇ ਨੈਚੁਰਲੀ ਵਧਣ, ਕਿਉਂਕਿ ਅਸੀਂ ਉਹ ਚੀਜ਼ ਜੇ ਪਲਾਨ ਕਰਦੇ ਹਾਂ ਲਾਉਂਦੇ ਹਾਂ। ਹੁਣ ਦਿੱਲੀ ਦੇ ਵਿੱਚ ਉਹ ਵੇਰੀਏਸ਼ਨ ਹੈ ਨਹੀਂ ਗੀ, ਦਿੱਲੀ 'ਚ ਸਾਰਾ ਲੋਡ ਮੇਜਰ ਜਿਹੜਾ ਹੈਗਾ ਉਹ ਕਮਰਸ਼ੀਅਲ ਹੈ ਜਾਂ ਇੰਡਸਟਰੀਅਲ ਹੈ ਜਾਂ ਡੋਮੈਸਟਿਕ ਹੈ। ਸਾਡੇ ਕੋਲ ਐਗਰੀਕਲਚਰ ਲੋਡ ਜਿਹੜਾ ਹੈਗਾ ਉਹ ਮੇਜਰ ਪਾਰਟ ਹੋਣ ਕਰਕੇ ਜੀ, ਜਿਹੜਾ ਉਹ ਇਸ ਕਰਕੇ ਸਾਨੂੰ ਜਿਹੜੀ ਆ ਪਾਵਰ ਪਰਚੇਜ਼ ਜ਼ਿਆਦਾ ਕਰਨੀ ਪੈਂਦੀ ਹੈ ਡਿਊਰਿੰਗ ਦੀਜ਼ ਮੰਥਸ, ਜਿਹਦੇ ਕਰਕੇ ਸਾਡੀ ਉਹ ਪੈਸਾ ਬਹੁਤ ਸਾਰਾ ਉਹ ਪਾਵਰ ਪਰਚੇਜ਼ ਦੇ ਵਿੱਚ ਹੀ ਚਲਾ ਜਾਂਦਾ, ਜਿਹੜਾ ਕਿ ਅਸੀਂ ਹੋਰ ਪਾਸੇ ਲਗਾ ਸਕਦੇ ਹਾਂ। ਐਂਡ ਸੈਕਿੰਡ ਮੈਮ, ਜਿਹੜੀ ਇੱਕ ਗੱਲ ਬੜੀ ਹੈਰਾਨੀ ਵਾਲੀ ਵੀ ਹੈ, ਖੈਰ ਕਿ ਸਾਨੂੰ ਉਹ ਚੀਜ਼ ਹੁਣ ਸਰਕਾਰ ਪਤਾ ਨਹੀਂ ਕਿਉਂ ਕਰਦੀਆਂ ਨੇ, ਉਹਨਾਂ ਦੀਆਂ ਆਪਣੀਆਂ ਸਿਸਟਮ ਦੇ ਨੇ ਕਿ ਟੈਕਸਿਸ ਦੀ ਜੇ ਆਪਾਂ ਗੱਲ ਕਰੀਏ ਉਹਦੇ 'ਚ ਆ ਜਾਂਦਾ ਇਲੈਕਟ੍ਰਿਸਿਟੀ ਡਿਊਟੀ। ਇਲੈਕਟ੍ਰਿਸਿਟੀ ਡਿਊਟੀ ਜਿਹੜੀ ਹੈ ਉਹ ਸਟੇਟਵੇ ਪੰਜਾਬ ਸਰਕਾਰ ਨੂੰ ਜਾਂਦੀ, ਉਹ 'ਚ ਇਲੈਕਟ੍ਰਿਸਿਟੀ ਡਿਪਾਰਟਮੈਂਟ ਦਾ ਕੁਛ ਲੈਣਾ ਦੇਣਾ ਨਹੀਂ, ਅਸੀਂ ਸਿਰਫ ਕਲੈਕਟ ਕਰਦੇ ਹਾਂ ਅਤੇ ਉਹਨਾਂ ਨੂੰ ਦੇ ਦਿੰਦੇ ਹਾਂ ਜੀ। ਇਲੈਕਟ੍ਰਿਸਿਟੀ ਡਿਊਟੀ ਅੱਜ ਦੀ ਤਰੀਕ ਦੇ ਜੇ ਮੰਨੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਉਹ 20% ਇਲੈਕਟ੍ਰਿਸਿਟੀ ਡਿਊਟੀ ਇੰਪੋਜ਼ ਹੈ, ਜਦਕਿ ਥਰੂ ਆਊਟ ਦੀ ਸਟੇਟ, ਜੇ ਦਿੱਲੀ ਦੀ ਗੱਲ ਕਰੀਏ ਦਿੱਲੀ ਸ਼ਾਇਦ 5% ਦੇ ਅਰਾਊਂਡ ਹੈ। ਹੁਣ 15% ਦਾ ਇੱਥੇ ਹੀ ਫਰਕ ਪੈ ਗਿਆ ਜੇ ਆਪਾਂ ਰੇਟ ਦੀ ਗੱਲ ਕਰੀਏ ਨਾ, ਇਹ ਤਾਂ ਹੁਣ ਗਵਰਨਮੈਂਟ ਦਾ ਇਸ਼ੂ ਹੈਗਾ ਆ ਕਿ ਉਹਨਾਂ ਨੇ ਇੰਨੀ ਕਿਉਂ ਇਨਕਰੀਜ਼ ਕੀਤੀ ਹੈ, ਘਟਾ ਸਕਦੇ ਜਾਂ ਨਹੀਂ ਘਟਾ ਸਕਦੇ, ਬਟ ਇਟ ਐਡ ਟੂ ਦੀ ਰੇਟ ਬੇਸਿਕਲੀ। ਦੈਨ ਸਾਡਾ ਜਿਹੜਾ ਸਬਸਿਡੀ ਪਾਰਟ ਆ ਗਿਆ ਜੀ। ਦੈਨ ਮਥਾਰੂ ਜੀ ਸਬਸਿਡੀਜ਼ ਤੋਂ ਪਹਿਲੇ, ਬਿਕੋਜ਼ ਆਈ ਹੈਵ, ਮੇਰੇ ਕੋਲ 2-3 ਕੁਐਸਚਨ ਸਪੈਸਿਫਿਕ ਸਬਸਿਡੀਜ਼ ਨੂੰ ਲੈ ਕੇ ਹੈਗੇ ਤੁਹਾਡੇ ਲਈ, ਬਟ ਬਿਫੋਰ ਵੀ ਗੈਟ ਦੇਅਰ, ਯੂ ਨੋ, ਵਾਂਸ ਅਗੇਨ ਸਿੰਪਲ ਸ਼ਬਦਾਂ 'ਚ ਯੈਸ ਔਰ ਨੋ, ਜੋ ਇਹ ਐਲਾਨ ਪੋਲੀਟੀਕਲ ਪਾਰਟੀਆਂ ਵੱਲੋਂ, ਕੋਈ ਵੀ ਪਾਰਟੀ ਲੈ ਲਓ, ਭਾਵੇਂ ਉਹਨਾਂ ਨੇ ਵੱਖ ਵੱਖ ਐਲਾਨ ਕੀਤੇ ਹੈ, ਇਲੈਕਸ਼ਨ ਸੀਜ਼ਨ ਆਫਕੋਰਸ ਚੱਲ ਰਿਹਾ, ਤੁਹਾਡੇ ਕਹਿਣ ਦਾ ਭਾਵ ਇਹ ਹੈਗਾ ਕਿ ਇਹ ਐਲਾਨ ਇੱਕ ਪੋਲੀਟੀਕਲ ਮਤਲਬ ਸਟ੍ਰੈਟਜੀ ਹੈਗੀ, ਇਹਦੇ ਵਿੱਚ ਕੋਈ ਜੋ ਸਾਇੰਸ ਹੈਗੀ, ਜੋ ਇਹ ਬਿਜਲੀ ਦੀ ਐਕਚੁਅਲ ਫੈਕਟਸ ਹੈਗੇ, ਉਹ ਉਨ ਐਲਾਨਾਂ ਨੂੰ ਨਾ ਸਪੋਰਟ ਨਾ ਕੀ ਕਹਿੰਦੇ ਹੈ ਉਹਨਾਂ ਦੇ ਵਿਰੋਧ ਖੜੇ ਹੁੰਦੇ ਹੈ, ਸ਼ਾਰਟ ਟਾਈਮ ਬੈਨੀਫਿਟ ਲੈਣ ਵਾਸਤੇ ਕਰਦੇ ਨੇ, ਸ਼ਾਰਟ ਟਾਈਮ ਬੈਨੀਫਿਟ ਲੈਣ ਲਈ ਕਿ ਵੋਟਾਂ ਲੈਣੀਆਂ। Thank you so much for clarifying that first. I mean, of course, you know, I think kisi na kisi had tak lokan nu eh cheez da andaaza hega, but I'm glad ki ek engineer perspective tusi eh cheez sadle clearly rakhti hai ithe. BS Matharu ji, ek hor choti ji break liye the, ruk rahe hain. Viewers, tusi kithe na jao, gal is tarah jaari rahegi, te subsidies di jithe gal aandi hai ohde bare bhi hor sawal rakhange Matharu ji layi. Milde hain break to us paar. ਸਵਾਗਤ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਅਤੇ ਅੱਜ ਦਾ ਮੁੱਦਾ ਬਿਜਲੀ ਦਾ ਮੁੱਦਾ ਹੈਗਾ। ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਕਿੰਨੇ ਕੁ ਵਾਅਦੇ ਹੋ ਰਹੇ ਹੈ ਅਤੇ ਉਹਨਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ, ਇਹ ਵੀ ਗੱਲ ਹੋ ਰਹੀ ਹੈ। BS ਮਥਾਰੂ ਜੀ ਸਾਡੇ ਨਾਲ ਜੁੜੇ ਹਨ, ਰਿਟਾਇਰਡ ਚੀਫ ਇੰਜੀਨੀਅਰ ਪਾਵਰ ਕੌਮ ਦੇ ਨਾਲ 30 ਤੋਂ ਵੱਧ ਸਾਲਾਂ ਦੇ ਲਈ ਜੁੜੇ ਸੀਗੇ। ਮਥਾਰੂ ਜੀ, ਇੱਕ ਵਾਰੀ ਫਿਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਮਥਾਰੂ ਜੀ, ਸਾਡੀ ਗੱਲ ਸਬਸਿਡੀਜ਼ 'ਤੇ ਰੁਕੀ ਸੀ ਅਤੇ ਮੈਂ ਉੱਥੋਂ ਹੀ ਕਨਵਰਸੇਸ਼ਨ ਨੂੰ ਸ਼ੁਰੂ ਕਰਨਾ ਚਾਹੁੰਦੀ ਹਾਂ। ਯੂ ਨੋ, ਵਾਂਸ ਅਗੇਨ ਸਿੰਪਲ ਕੁਐਸਚਨ, ਐਂਡ ਆਈ ਨੋ ਕਿ ਤੁਸੀਂ ਰਾਜਨੀਤੀ ਪੱਖ ਤੋਂ ਹਟ ਕੇ ਸਾਡੇ ਨਾਲ ਅੱਜ ਗੱਲ ਕਰ ਰਹੇ ਹੋ, ਬਟ ਯੂ ਆਰ ਆਲਸੋ ਰੈਜ਼ੀਡੈਂਟ, ਤੁਸੀਂ ਵੀ ਇੱਕ ਸਿਟੀਜ਼ਨ ਹੈਗੇ ਪੰਜਾਬ ਦੇ, ਤੁਹਾਡੇ ਵੀ ਆਈ ਐਮ ਸ਼ੋਰ ਹਾਊਸ ਦੇ ਵਿੱਚ ਬਿਜਲੀ ਚੱਲਦੀ ਹੈ। ਯੂ ਨੋ, ਤੁਸੀਂ ਅੰਡਰਸਟੈਂਡ ਕਰਦੇ ਹੋ ਕਿ ਬਿਜਲੀ ਨੂੰ ਲੈ ਕੇ ਐਵਰੇਜ ਸਿਟੀਜ਼ਨ ਦੀ ਕੀ ਕੁਛ ਡਿਮਾਂਡਸ, ਨੀਡਸ ਹੁੰਦੀਆਂ, ਰਿਕੁਆਇਰਮੈਂਟਸ ਹੁੰਦੀਆਂ। ਤੁਹਾਡੇ ਖਿਆਲ 'ਚ ਬਿਜਲੀ ਦੀ ਸਬਸਿਡੀਜ਼ ਪੰਜਾਬ ਦੇ ਵਿੱਚ ਦਿੱਤੀਆਂ ਜਾਣੀਆਂ ਚਾਹੀਦੀਆਂ, ਐਂਡ ਇਫ ਸੋ ਕਿਹਨਾਂ ਨੂੰ ਅਤੇ ਕਿੰਨੇ ਕੁ ਹੱਦ ਤੱਕ? ਦੇਖੋ, ਜਿੱਥੋਂ ਤੱਕ ਸਬਸਿਡੀ ਦੀ ਗੱਲ, ਅਲਟੀਮੇਟਲੀ ਤਾਂ ਉਹੀ ਰੇਟ ਦੀ ਫਿਰ ਆ ਗਈ, ਕਿਉਂਕਿ ਜਿਹੜੇ ਇਹ ਤਾਂ ਮੈਂ ਵੀ ਮੰਨਦਾ ਕਿ ਰੇਟਸ ਜੈਨੂਨ ਹੀ ਹੋਣੇ ਚਾਹੀਦੇ, ਜਿਹੜੇ ਕਿ ਆਮ ਜਿਹੜਾ ਪਬਲਿਕ ਹੈਗੀ ਆ ਉਹ ਪੇ ਕਰ ਸਕੇ। ਅਤੇ ਜਿਹੜੀ ਸਬਸਿਡੀ ਦੀ ਗੱਲ ਆ ਜਾਂਦੀ ਹੈ, ਜਿੱਥੇ ਤਾਂ ਜ਼ਰੂਰਤ ਹੈ ਉੱਥੇ ਜ਼ਰੂਰ ਦੇਣੀ ਬਣਦੀ ਹੈ, ਬਟ ਜਿਹੜੇ ਫਰੀ ਬੀਜ਼ ਜਦੋਂ ਡਿਊਰਿੰਗ ਇਲੈਕਸ਼ਨ ਟਾਈਮਸ ਜੇ ਆਪਾਂ ਗੱਲ ਕਰੀਏ, ਜੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਪਿੱਛੇ ਲਿਜਾਣਾ ਚਾਹੁੰਦਾ, 1995-97 ਦੇ ਵਿੱਚ ਜਦੋਂ ਇਹ ਐਗਰੀਕਲਚਰ ਪਾਵਰ ਦਾ ਫਰੀ ਕੀਤਾ ਗਿਆ ਸੀ ਟੋਟਲ, ਇਨੀਸ਼ੀਅਲੀ ਸ਼ਾਇਦ ਤੁਹਾਨੂੰ ਯਾਦ ਹੋਵੇ ਉਦੋਂ ਅਨਾਊਂਸਮੈਂਟ ਇਹੀ ਹੋਈ ਸੀ ਕਿ ਮਾਰਜਨਲ ਫਾਰਮਰਸ ਨੂੰ ਅਸੀਂ ਫਰੀ ਕਰਾਂਗੇ, ਜਿਨ੍ਹਾਂ ਦਾ 5 ਏਕੜ ਜਾਂ 3 ਏਕੜ ਜ਼ਮੀਨ ਹੈਗੀ ਹੈ, ਛੋਟੇ ਜ਼ਿਮੀਂਦਾਰ ਨੇ, ਉਹ ਨਹੀਂ ਪੇ ਕਰ ਸਕਦੇ, ਉਹਨਾਂ ਨੂੰ ਫਰੀ ਕੀਤੀ ਜਾਊਗੀ। ਇੱਕ ਪਾਰਟੀ ਨੇ ਇਹ ਚੀਜ਼ ਲਈ ਸੀਗੀ,
और जिहड़ी कि वायबल सीगी और असीं मानदे हां कि उन्हां नूं मिलनी चाहीदी है, उही सबसिडी दी गल्ल है कि देनी जां नहीं देनी जी, वी जिहनूं लोड़ है उहनूं दिओ, नंबर एक। सैकेंड, उदों होया कि जदों एक पार्टी ने यह कहा, दूसरी पार्टी ने कहा जी ये 5 एकड़ तक कहिंदे ने असीं सारिआं नूं ही कर देंगे फ्री, जस्ट टू ग्रैब दी वोट्स। वह होया कि अल्टीमेटली जे एक ने हुण मेजर अनाउंस करता, दूजी पार्टी भी उहतों हट तो सकती नहीं क्योंकि वोट्स बैंक जाता हैगा, तो वो फिर अल्टीमेटली टोटल फ्री का जो सीगा जदों पावर विच आए तो वह लागू हो गया। जिहड़ा जबकि पहला भी जिहड़े फार्मर सीगे वह पे करते सीगे, बड़ा नॉमिनल उन्हां दा रेट सीगा, कोई ज़्यादा नहीं सीगा, और देवर हैप्पी कि साढ़े को पैसे लाओ तुसीं बिजली दिओ। तो नॉर्मल तुसीं किसी भी जिमीदार नाल गल करो या फार्मर नाल गल करो, दे वांट के सानूं सप्लाई प्रॉपर मिलनी चाहिए है, बिल इज़ नो मैटर। हाँ, मार्जिनल फार्मर्स नूं छड्ड के जिहड़ी ये गल करदे, उही फिर हुण आ रहा हैगा कि आपां जे पंजाब सरकार ने वीकर सैक्शन 200 यूनिट किया सीगा, असीं मानदे ठीक है चलो गरीब है, गरीब नूं आपां कोई हैल्प दे दिता हैगा, पर उहनूं हुण सारिआं वास्ते 300 यूनिट माफ कर देना, वो चंगा तो सारे लगेगा। जो मैं कह फ्री बिजली लै ला तो मैं क्यों कहूँगा नहीं, आई विल एक्सैप्ट इट, नो प्रॉब्लम। लेकिन वो चीज़ एक जबरदस्ती कोई बेनीफिट थोपण वाली गल पब्लिक ते आ जाती है, जस्ट टू ग्रैब वोट्स, वो चीज़ मैं उन्हें सही नहीं मानता। एक मिनट, मैं एक होर जी कॉस्ट से ही ये रिलेटेड करनी चाहता कि सबसिडी दो तरह नाल एक्चुअली कवर की जाती हैगी है जी। एक नूं असीं कहिंदे क्रॉस सबसिडी, क्रॉस सबसिडी का मतलब हैगा कि जिहड़ी जिस तरह जे मैं डोमैसटिक घरां दी सप्लाई वालिआं नूं फ्री करना है या सस्ता करना हैगा, तो मैं उन्ने ही पैसे जिहड़े आ उह दूजे कंज्यूमरस नूं ऐड कर दिंदा, इंडस्ट्री नूं या कमर्शियल नूं या किसी नूं भी हैगा, वी जे मैं 2000 करोड़ की इधर सबसिडी दी है तो उन्ने ही पैसे की बिलिंग जिहड़ी मैं उधर रेट वधा के उधरों उसनूं कवर करांगा, दैट इज़ क्रॉस। ये भी चलता विच ही उन्ना असीं कवर करते हैं। लेकिन उस तो इलावा जिस तरह एग्रीकल्चर दे विच साढ़े को क्योंकि सबसिडी बहुत ज़्यादा अमाउंट है, तकरीबन जिहड़ा हैगा 8-10 हज़ार करोड़ दे करीब वो बजट चला जाता है, और वो इन्ना गवर्नमेंट दे उत्ते जिहड़ा वो फिर गवर्नमेंट नूं खुद पे करना पैंदा है, वो क्रॉस दे विच कवर नहीं हो सकता, कुछ कवर हुंदा है लेकिन वो फिर रेट जिहड़े वधदे, उही गल मैं कर रहा ने, क्योंकि जे आपां डोमैसटिक नूं सस्ता कीता कमर्शियल नूं इनक्रीज़ कर दिता, इंडस्ट्री जिवें दिल्ली च हैगा, हुण दिल्ली च उन्होंने सारे 300-400 फ्री किया है, लेकिन वह क्रॉस सबसिडी पा के कमर्शियल से पा देता, क्योंकि कमर्शियल उन्होंने को कनेक्शन बहुत ज्यादा ने। हुण पंजाब सरकार दी जे मैं गल करां, मैम तुसीं हैरान होवोगे कि कदे भी इलैक्ट्रिसिटी डिपार्टमेंट नूं अज तक पूरी सबसिडी नहीं मिली, टिल डेट मेरा ख्याल है 4-5 हज़ार करोड़ रुपया स्टिल भी पेंडिंग होगा सरकार वाल, जिहड़ा कि गवर्नमेंट डिपार्टमेंट ने लेना, जो डिपार्टमेंट नूं पैसे नहीं मिलेंगे डिपार्टमेंट डिवेलपमेंट कित्थों करेगा, अगेन क्वेश्चन, पंजाब सरकार कोल कितने पैसे नहीं है कि वो नाल दी नाल सारी सब्सिडी दे जावे, ऑलरेडी असीं कर्जा लै रहे हैं या कुछ कर रहे हैं। मथारू जी, आई एम ग्लैड तुसी ए इथे इस कन्वर्सेशन नूं लैके आ, बिकॉज़ ए मेरा सवाल नेक्स्ट इस टॉपिक इस पोर्शन ते सीगा, इस मसले ते सीगा, बिकॉज़ जिथे जो इलेक्शन प्रोमिसेस हैगे उन्हां दे विचों ए वी गल सुनन नूं मिली है कि जिन्हां दे बिजली नूं लैके कर्जे हैगे, जो डेट ओ करदे उन्हूं भी वेव कीता जाऊगा, इहदे की कॉन्सिक्वेंसिज होणगे पावरकॉम ते या इस पूरे सैक्टर ते? मैं मैडम उस पॉइंट ते भी आ रहा सी, क्योंकि जिथे आपां कॉस्ट की गल करदे अगेन ये कॉस्ट दे विच फिर पॉइंट कवर हो गया जे आपां गल करी, क्योंकि इहनूं असीं डिफाल्टिंग अमाउंट कह दिंदे, जिहड़े डिफाल्टरस ने जिहड़े सानूं बिल पे नहीं करदे, ये भी एक ह्यूज अमाउंट है जिहड़ा कि वो पे नहीं हो रहा हैगा, जिहड़ा सानूं पब्लिक नहीं दे रही हैगी, वो हुण इन्हां ने अनाउंस करता भी असीं जिहड़े पुराने सारे वो कर देंगे। हुण पंजाब सरकार कोल पैसे होंगे तो माफ़ करेगी, पहली गल ये हैगी आ, दे हैव टू उन्हां नूं अपने रिसोर्सिज उन्ने मेनटेन करने पैणगे। हाँ, किवें करदे ने, दैट्स देयर थिंग के किस तरह उन्हों मैनेज करते हैं, नंबर एक। दूसरा ये है कि जिहड़े आप जिहड़ा कॉस्ट की गल चलती सी उहदे विच इक तां इह वी फैक्टर हैगा जिहड़ा डिफाल्टिंग अमाउंट दा, क्योंकि जे सानूं पैसे रैगूलर मैं बिजली दा दे देती है किसी नूं पर वह मैनू पैसे नहीं दे रहा तो मैं अगे किवें चलावांगा काम, वो इस करके वो जिहड़ा पैसा रुक जाता है वह भी साढ़े लिए एक इनक्रीज़ के
ਜਿਹੜਾ ਉਹ ਕਾਰਨ ਬਣਦਾ ਹੈਗਾ। ਔਰ ਇਹਦੇ ਵਿੱਚ ਵੀ ਇੱਕ ਜਿਹੜਾ ਹੈ ਮੈਂ ਓਪਨਲੀ ਐਡਮਿਟ ਕਰਨਾ ਕਿ ਇਹ ਚ ਪੋਲੀਟੀਕਲ ਸਪੋਰਟਡ ਸਾਰਾ ਸਿਸਟਮ ਇਹੀ ਹੈਗਾ। ਜਿਹੜੇ ਪੈਸੇ ਨਹੀਂ ਵੀ ਦਿੰਦੇ ਲੋਕ ਉਹਨਾਂ ਨੂੰ ਵੀ ਜਿਹੜਾ ਹੈ ਪੋਲੀਟੀਕਲੀ ਸਪੋਰਟ ਮਿਲਦੀ ਹੈ, ਉਹ ਇਸੇ ਕਰਕੇ ਹੀ ਉਹ ਸਾਨੂੰ ਐਕਟ ਨਹੀਂ ਕਰਨ ਕਿਉਂਕਿ ਅਸੀਂ ਕਨੈਕਸ਼ਨ ਕੱਟਣੇ ਹੁੰਦੇ ਨੇ। ਜਿਹੜਾ ਜੋ ਰੂਲ ਹੈ ਕਿ ਜੇ ਕੋਈ ਇੰਨੇ ਦਿਨਾਂ ਬਾਅਦ ਜਾਂ 20 ਦਿਨ ਬਿੱਲ ਨਹੀਂ ਦਿੰਦਾ ਜਾਂ ਮਹੀਨਾ ਬਿੱਲ ਨਹੀਂ ਦਿੰਦਾ, ਅਸੀਂ ਉਹਦਾ ਡਿਸਕੋਨੈਕਟ ਕਰਨਾ। ਅਤੇ ਸਾਨੂੰ ਡਿਸਕੋਨੈਕਟ ਨਹੀਂ ਕਰਨ ਦਿੱਤਾ ਜਾਂਦਾ, ਪਿੰਡ 'ਚ ਨਹੀਂ ਵੜਨ ਦਿੱਤਾ ਜਾਂਦਾ ਕਿ ਉੱਥੇ ਉਹ, ਲੇਕਿਨ ਇਲੈਕਟ੍ਰਿਸਿਟੀ ਚੱਲ ਰਹੀ ਹੈ, ਬਿੱਲ ਵਧੀ ਜਾ ਰਿਹਾ ਹੈਗਾ। ਸੋ ਇਹ ਸਾਰਾ ਜਿਹੜਾ ਐਡਮਿਨਿਸਟ੍ਰੇਟਿਵ ਪ੍ਰੋਬਲਮਸ ਇਹਦੇ ਵਿੱਚ ਇਹ ਆ ਜਾਂਦੀਆਂ ਹੈਗੀਆਂ। ਦੈਨ ਥੈਫਟ ਆਫ ਇਲੈਕਟ੍ਰਿਸਿਟੀ ਇਜ਼ ਅਗੇਨ ਵਨ ਆਫ ਦੀ ਮੇਜਰ ਥਿੰਗ। ਉਹ ਹੁਣ ਜੇ ਸਾਨੂੰ ਬਿਜਲੀ ਚੋਰੀ ਫੜਨ ਹੀ ਨਹੀਂ ਦਿੱਤੀ ਜਾਏਗੀ ਤਾਂ ਅਸੀਂ ਆਫਿਸਰਸ ਕੀ ਕਰਾਂਗੇ, ਕਿਉਂਕਿ ਉਹ ਵੀ ਡਿਊਟੀ। ਜਿਸ ਤਰ੍ਹਾਂ ਹੁਣ ਵੋਟਸ ਇਲੈਕਸ਼ਨ ਈਅਰ ਆ ਗਿਆ ਹੈਗਾ, ਇਲੈਕਸ਼ਨ ਈਅਰ ਦੇ ਵਿੱਚ ਸਾਰੀਆਂ ਚੀਜ਼ਾਂ ਸਟੈਂਡ ਸਟਿਲ ਹੋ ਜਾਂਦੀਆਂ ਨੇ। ਉਹ ਜਿਹੜੇ ਬਿਜਲੀ ਚੋਰੀ ਕਰਨ ਵਾਲੇ ਨੇ ਉਹ ਜ਼ਿਆਦਾ ਉਸ ਚੀਜ਼ ਨੂੰ ਹੋਰ ਕਰਦੇ ਨੇ, ਉਹ ਵੀ ਜਦੋਂ ਥੈਫਟ ਹੁੰਦੀ ਹੈਗੀ ਆ ਅਗੇਨ ਬਰਡਨ ਆਉਂਦੀ ਇਲੈਕਟ੍ਰਿਸਿਟੀ ਡਿਪਾਰਟਮੈਂਟ ਮੇਰੀ ਜਾ ਰਿਹਾ ਹੈਗਾ। ਸੋ ਇਹ ਚੀਜ਼ਾਂ ਸਾਰੀਆਂ ਐਡਮਿਨਿਸਟ੍ਰੇਸ਼ਨ ਐਂਡ ਡਿਪਾਰਟਮੈਂਟ ਦੇ ਨਾਲ ਜੋ ਮਿਲ ਕੇ ਇਹ ਸਾਰਾ ਉਹ ਹੱਲ ਹੋਣਾ ਚਾਹੀਦਾ, ਜਿਹਦੇ ਨਾਲ ਇਹ ਰੇਟ ਡਿਕਰੀਜ਼ ਹੋਣ ਦੇ ਚਾਂਸਿਸ ਫਿਰ ਆਮ ਹੋ ਜਾਣਗੇ। ਸੈਕਿੰਡ ਇੱਕ ਮੈਂ ਐਡ ਕਰਨਾ, ਜਸਟ ਵੇਟ ਜੀ ਜੀ, ਇਹਦੇ ਨਾਲ ਜਿਹੜਾ ਜੁੜਿਆ ਹੋਇਆ ਪੁਆਇੰਟ ਹੈਗਾ ਉਹ ਹੈਗਾ ਕਿ ਜਿਹੜੀ ਸਾਡੀ ਪ੍ਰਾਈਵੇਟ ਪਾਰਟੀਸਪੇਸ਼ਨ, ਜਿਹੜੇ ਅਸੀਂ ਪ੍ਰਾਈਵੇਟ ਥਰਮਲ ਪਲਾਂਟਸ ਲਗਾਏ ਹੈਗੇ ਆ ਪਿਛਲੇ ਸਾਲਾਂ ਦੇ ਵਿੱਚ, ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਇਜਾਫਾ ਜਿਹੜਾ ਪ੍ਰਾਈਵੇਟਲੀ ਕਰ ਲਿਆ, ਜਿਹੜਾ ਕਿ ਅਸੀਂ ਸਮਝਦੇ ਹਾਂ ਇੰਜੀਨੀਅਰਸ ਕਿ ਉਹ ਨਹੀਂ ਹੋਣਾ ਚਾਹੀਦਾ ਸੀਗਾ। ਜਿਸ ਤਰ੍ਹਾਂ ਜੇ ਅੰਦਾਜ਼ੇ ਮੁਤਾਬਕ 3920 ਮੈਗਾਵਾਟ ਜਿਹੜਾ ਉਹ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਤਲਵੰਡੀ ਸਾਬੋ, ਰਾਜਪੁਰਾ, ਗੋਇੰਦਵਾਲ ਉਹ ਲੱਗੇ ਨੇ, ਉਹ ਜਿਨ੍ਹਾਂ ਦੇ PPA ਦਾ ਰੌਲਾ ਅੱਜ ਕੱਲ੍ਹ ਤੁਸੀਂ ਵੀ ਸੁਣ ਰਹੇ ਹੋ, ਜਿਹੜੇ ਸਮਝੌਤੇ ਆਪਾਂ ਕਹਿੰਦੇ ਵੀ ਰੱਦ ਕਰੋ ਜੇ, ਹੈ ਨਾ, ਜੀ ਜੀ, ਉਹ ਵੀ ਇੱਕ ਪਾਰਟ ਹੈ ਕਿਉਂਕਿ ਉਹਦੇ ਵਿੱਚ ਇੱਦਾਂ ਦੀਆਂ ਟਰਮ ਐਂਡ ਕੰਡੀਸ਼ਨਸ ਆ ਗਈਆਂ। ਔਰ ਇਹ ਸੀਗਾ ਕਿ ਮੇਜਰ ਜਦਕਿ ਸਾਨੂੰ ਜਦੋਂ ਇਹ ਹੋਏ ਹੈ ਸਮਝੌਤੇ, ਜਦੋਂ PPA ਜਦੋਂ ਥਰਮਲ ਪਲਾਂਟ ਲੱਗਣੇ ਸੀਗੇ, ਸਾਨੂੰ ਜ਼ਰੂਰਤ ਸਿਰਫ ਜਿਹੜੀ ਸ਼ੋਰਟੇਜ ਸੀਗੀ ਦੈਟ ਵਾਜ਼ ਅਬਾਊਟ 2000 ਮੈਗਾਵਾਟ ਓਨਲੀ। ਉਦੋਂ ਪਲਾਨ ਵੀ ਇਹ ਬਣਿਆ ਕਿ 2000 ਮੈਗਾਵਾਟ ਦੇ 2006-07 ਦੀ ਗੱਲ ਹੋਏਗੀ ਵੀ ਇਹ ਲਗਾਏ ਜਾਣ ਦੋ ਪਲਾਂਟ 1000-1000 ਮੈਗਾਵਾਟ ਦੇ, ਲੇਕਿਨ ਫਿਰ ਉਹੀ ਪੋਲੀਟੀਕਲੀ ਟੈਕਨੋਕ੍ਰੈਟਸ ਨੂੰ ਪਿੱਛੇ ਛੱਡ ਕੇ ਜਾਂ ਜਿਵੇਂ ਵੀ ਆਪਣੇ ਵੀ ਅਸੀਂ ਸਰਪਲਸ ਕਰਾਂਗੇ, ਬਿਜਲੀ ਵੇਚ ਦਿਆਂਗੇ, ਉਦੋਂ ਇਲੈਕਸ਼ਨ ਆ ਗਈਆਂ, ਇਹ ਉਹ ਪਾਕਿਸਤਾਨ ਨੂੰ ਬਿਜਲੀ ਦੇ ਦਿਓ, ਇਹਨੂੰ ਦੇ ਦਿਓ, ਮਤਲਬ ਉਹ ਕਈ ਇੱਦਾਂ ਦੇ ਏਜੰਡੇ ਆ ਗਏ। ਅਤੇ ਜਿਹੜੀ ਸ਼ੂਟ ਅਪ ਕਰਕੇ ਇਹਨਾਂ ਨੇ 3920 ਮੈਗਾਵਾਟ ਦੇ ਸਮਝੌਤੇ ਉਦੋਂ ਕਰ ਲਏ, ਉਹ ਵੀ ਹੋਇਆ ਇਸ ਤਰ੍ਹਾਂ ਕਿ ਇਹਨਾਂ ਨੇ ਜਿਹੜੀ ਸਾਡੀ ਮੈਕਸੀਮਮ ਡਿਮਾਂਡ ਹੈ ਜਿਹੜੀ ਕਿ 4 ਮਹੀਨੇ ਰਹਿੰਦੀ ਸਿਰਫ, ਉਸੇ ਨੂੰ ਹੀ ਤਕਰੀਬਨ ਬੇਸ ਮੰਨ ਲਿਆ ਵੀ ਇੰਨੀ ਤਾਂ ਸਾਨੂੰ ਚਾਹੀਦੀ ਹੈ, ਇੰਨੇ ਪਲਾਂਟ ਲਾ ਲਈਏ। ਜਦਕਿ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਜਾਂ ਜੋ ਵੀ ਇਲੈਕਟ੍ਰੀਕਲ ਪਾਵਰ ਸਰਵੇ ਹੁੰਦਾ ਆ ਉਹਦੇ ਵਿੱਚ ਸਾਰਾ ਇਹ ਤੈਅ ਹੁੰਦਾ ਕਿ ਕਿੰਨਾ ਤੁਸੀਂ ਇਨਕਰੀਜ਼ ਕਰ ਸਕਦੇ ਜੀ। ਉਹ ਜਿਵੇਂ ਵੀ ਇਹਨਾਂ ਨੇ ਸਭ ਉਹ ਮੈਨੇਜ ਕੀਤਾ, ਕਿਵੇਂ ਕੀਤਾ ਦੈਟ ਵੀ ਡੋਂਟ ਨੋ, ਬਟ ਉਹ ਇੱਕ ਵੱਡਾ ਬਰਡਨ ਬਣ ਗਿਆ ਪੱਕਾ ਸਾਰੇ ਪੰਜਾਬੀਆਂ 'ਤੇ। ਉਹਦੇ ਵਿੱਚ ਇੱਕ ਆਉਂਦਾ ਹੈਗਾ, ਚਲੋ ਜਿਹੜੀ ਅਸੀਂ ਬਿਜਲੀ ਉਹਨਾਂ ਤੋਂ ਲੈਣੀ ਹੈ ਉਹਦੇ ਤਾਂ ਪੈਸੇ ਅਸੀਂ ਦੇ ਦੇਣੇ, ਚਲੋ ਮੰਨ ਲਿਆ, ਲੇਕਿਨ ਅਸੀਂ ਉਹਨਾਂ ਕੋਲ ਬਿਜਲੀ ਲੈਣੀ ਸਿਰਫ, ਲੋਡ ਸਾਨੂੰ ਹੈਗੀ 4 ਮਹੀਨੇ, ਹੁਣ ਸਾਨੂੰ ਮਜਬੂਰੀ 'ਚ ਸਾਰਾ ਸਾਲ ਲੈਣੀ ਪੈਂਦੀ ਹੈ ਨੰਬਰ 1, ਕਿਉਂਕਿ ਅਸੀਂ ਪੈਸੇ ਦੇਣੇ ਆ ਪੱਕੇ ਜੀ। ਦੈਨ ਸਾਨੂੰ ਆਪਣੇ ਪਲਾਂਟ ਬੰਦ ਕਰਨੇ ਪੈ ਰਹੇ ਆ, ਜਿਹੜੇ ਮੇਰੇ ਆਪਣੇ ਪਲਾਂਟ ਸਾਡੇ ਗਵਰਨਮੈਂਟ ਦੇ ਹੈਗੇ ਉਹ ਆਫ ਹੋ ਜਾਂਦੇ ਆ, ਉਹਨਾਂ ਦਾ ਵੀ ਸਾਨੂੰ ਫਿਕਸ ਜਿਹੜਾ ਖਰਚਾ ਤਾਂ ਪੈਂਦਾ ਹੀ ਹੈ, ਇੰਪਲੋਈ ਕੋਸਟ ਜੇ ਉਹ ਜਿੰਨਾ ਸਾਰਾ ਹੈ ਉਹ ਗੇਨ ਇੰਬਰਡਨ ਹੋ ਗਿਆ। ਇਹਨਾਂ ਨੂੰ ਸਾਨੂੰ ਇੱਕ ਪੁਆਇੰਟ ਹੈਗਾ ਫਿਕਸ ਚਾਰਜ, ਅਸੀਂ ਕਹਿੰਦੇ ਉਹਨੂੰ ਕਿ ਤੁਸੀਂ ਇਹ ਪਲਾਂਟ ਲਾ ਲਿਆ, ਉਹਦੇ 'ਚ ਹੈ ਵੀ ਤੁਸੀਂ ਇੰਨੇ ਸਾਨੂੰ ਫਿਕਸ ਚਾਰਜਿਸ ਦੇਣੇ ਹੀ ਦੇਣੇ ਆ, ਚਾਹੇ ਤੁਸੀਂ ਬਿਜਲੀ ਲਓ ਜਾਂ ਨਾ ਲਓ। ਇੱਕ ਇਹ ਇਹ ਜਿਹੜਾ ਹੈਗਾ ਉਹ ਇਹ ਸਾਰੀਆਂ ਚੀਜ਼ਾਂ ਐਡ ਅਪ ਹੋ ਕੇ ਹੀ ਜਿਹੜਾ ਸਾਡਾ ਰੇਟ ਹੈ। ਸੋ ਮਥਾਰੂ ਜੀ, ਇੱਥੇ ਮੈਂ ਸਿਰਫ ਇੱਕ ਇਸ ਮਸਲੇ 'ਤੇ ਜਾਣੇ ਨੇ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਇਹ ਜੋ ਅਗਰੀਮੈਂਟਸ ਦੀ ਤੁਸੀਂ ਗੱਲ ਕਰ ਰਹੇ ਹੋ, ਬਿਕੋਜ਼ ਕੈਪਟਨ ਸਾਹਿਬ ਨੇ ਵੀ ਜਦੋਂ ਉਹਨਾਂ ਦੀ ਲਾਸਟ ਟਾਈਮ ਉਹ ਰਨ ਕਰ ਰਹੇ ਸੀ, ਕੈਂਪੇਨ ਕਰ ਰਹੇ ਸੀ, ਉਹਨਾਂ ਨੇ ਵੀ ਇਹ ਐਲਾਨ ਕੀਤਾ ਸੀ ਕਿ ਇਨ ਅਗਰੀਮੈਂਟਸ ਨੂੰ ਮੈਂ ਰੱਦ ਕਰਾਂਗਾ, ਰਿਵਿਊ ਕਰਾਂਗਾ ਕਮ ਸੇ ਕਮ, ਬਟ ਰੱਦ ਕਰਾਂਗਾ। ਅਤੇ ਹੁਣ ਆਪ ਪਾਰਟੀ ਦੇ ਨੁਮਾਇੰਦੇ ਵੀ ਸਾਨੂੰ ਇਹੀ ਕਹਿ ਰਹੇ ਕਿ ਇਨ ਅਗਰੀਮੈਂਟਸ ਨੂੰ ਕੈਪਟਨ ਦੀ ਸਰਕਾਰ ਨੇ ਕਿਹਾ ਸੀ ਰੱਦ ਕਰਨਗੇ, ਉਹਨਾਂ ਨੇ ਕੁਛ ਨਹੀਂ ਕੀਤਾ। ਅਗਰ ਸਾਡੀ ਸਰਕਾਰ ਆਉਂਦੀ ਹੈ, ਯੂ ਨੋ, ਵਨ ਆਫ ਦਾ ਫਸਟ ਏਜੰਡਾਜ਼ ਵਿਲ ਬੀ ਇਹਨਾਂ ਨੂੰ ਰੱਦ ਕਰਨਾ। ਬਟ ਇੱਕ ਲੀਗਲ ਤੌਰ 'ਤੇ ਜਾਂ ਇੱਕ ਅਗਰ ਆਪਾਂ ਜੋ ਮਤਲਬ ਫੈਕਟਸ ਸਾਨੂੰ ਦੱਸਦੇ ਹੈ, ਜੋ ਇਸ ਸਿਚੁਏਸ਼ਨ ਦੇ ਫੈਕਟਸ ਹਨ, ਕੀ ਇਹ ਪੋਸੀਬਿਲਿਟੀ ਹੈਗੀ ਵੀ ਕਿ ਇਹ ਅਗਰੀਮੈਂਟਸ ਰੱਦ ਹੋਣਗੇ, ਜਾਂ ਕੀ ਇਹਦੀ ਰਿਐਲਿਟੀ ਕੀ ਹੈਗੀ?
देखो अश्मिता जी, इस तरह हैगा आ कि आपां स्टेट वे जे कहीए कि कोई उठ के इहनां नूं इक लकीर मार देगा जां रद्द कर देगा, इस तरह दा कदे भी नहीं हो सकदा, क्योंकि दिस इज़ ए टैक्नो लीगल इशू। जी एक लीगल फॉरमैलिटी इहदे च हैगी है किहड़ी, क्योंकि जे आपां इक किसी नाल एमओयू साइन कर लिया फॉर 25 ईयर्स इन एडवांस कि असीं तेरे नाल आ सारियां टर्म फिक्स कर लईआं, साइन कर लईआं, ते ओह उस तों इकदम मैं वन पार्टी ते साइड ते जो मैं समझदा नहीं होया जा सकता, दिस इज ऑल ए नेगोशिएशन। जी बाकी ये भी जे आपां कहीए भी नहीं हो सकता, ये तो मेरा ख्याल नहीं है, क्योंकि उन्होंने पार्टीज़ नूं विच इनवॉल्व करके जिन्होंने असं एग्रीमेंट किए ने, दे आलसो नो कि पंजाब दे पब्लिक दा इशू है, किसी दा परसनल इशू तो है नहीं, हरेक बंदे नाल जुड़िया हुआ इशू हैगा। प्लांट्स भी जड़े है वह भी प्लांट्स असी इस करके इतने लाए थे क्योंकि साढ़े कोल जे प्लांट लगे होंगे असी उदी बिजली आप यूज़ कर सकते हैं, क्योंकि जी बाहरों असी बिजली लेने उदी साड़ी एक लिमिट है जी, लाइनस का हैगा उदी एक लिमिट है, इस तो ज़्यादा असी उतों पावर ट्रांसफर नहीं कर सकते, बाकी तो खुद ही प्रोड्यूस करनी पड़ेगी। दूसरा यह है भी जे आप उन्होंने गल करिए कि असी कहीं भी रद्द कर दौ, हूँ वो कहेगा भी जे रद्द ही करने से तो मैं प्लांट क्यों लाँदा इतने, मैं प्लांट उत्ते जिते माइंस हैगियां ने मैं उहदे लागे लगांदा जे मैं पब्लिक नूं वेचनी बिजली, क्योंकि पंजाब चों बाहर बिजली वेचनी कोई इन्नी सौखी नहीं, क्योंकि सानूं कॉस्ट ऑफ कोल बहुत पैंदी है जी, जे 1 रुपया कोल दी कॉस्ट है तां मैनूं 2 रुपये उहदा जो फेयर है उह पैंदा हैगा, पंजाब उह मतलब 3 रुपये ऐड हो जांदा इहनां, ते उह इस करके उह इट ऐड टू दी कॉस्ट ऑफ इलैक्ट्रिसिटी प्रोडक्शन, तो वो इसलिए उन्होंने बाहर बिजली बेचनी तो एक दिक्कत है, वो जे इतने लाएगा तो इतने की कंजम्पशन वास्ते ही लाएगा, तो ये चीज़ा सारिया व्यू च रखते हुए ही डिस्कस हुए। बाकी जे मैं तो एक गल करदा जे पब्लिक दे वास्ते नीयत साफ होवे ਇਹ ਚੀਜ਼ ਕਰਨ ਦੀ ਤਾਂ ਇਟਸ ਨਾਟ ਏ ਬਿਗ ਇਸ਼ੂ, ਇਹ ਸੋਲਵ ਹੋ ਸਕਦਾ। ਮਥਾਰੂ ਜੀ, ਆਈ ਥਿੰਕ ਇਹੀ ਤਾਂ ਸਭ ਤੋਂ ਮੈਂ ਕਹਾਂਗੀ ਪਤੇ ਦੀ ਗੱਲ ਤੁਸੀਂ ਇੱਥੇ ਰੱਖੀ ਹੈਗੀ ਕਿ ਅਗਰ ਨੀਅਤ ਸਾਫ਼ ਹੋਏ ਤਾਂ ਰਾਜਨੀਤੀ ਦੇ ਵਿੱਚ ਨੀਅਤ ਮੈਨੂੰ ਨਹੀਂ ਲੱਗਦਾ ਜ਼ਿਆਦਾ ਵੇਖਣ ਨੂੰ ਮਿਲਦੀ ਹੈ, ਖਾਸ ਕਰਕੇ ਸਾਫ਼ ਤਰੀਕੇ ਦੀ। ਮਥਾਰੂ ਜੀ, ਇਸੇ ਤਰ੍ਹਾਂ ਸਾਡੇ ਨਾਲ ਜੁੜੇ, ਇੱਕ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਤੁਸੀਂ ਵੀ ਜੁੜੇ ਰਹੋ, ਕਨਵਰਸੇਸ਼ਨ ਇਸ ਤਰ੍ਹਾਂ ਜਾਰੀ ਰਹੇਗੀ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬੜੀ ਫਿਰ ਤੁਹਾਡੇ ਨਾਲ ਹਾਜ਼ਰ ਹੋਇਆ, ਗੱਲ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਨੂੰ ਲੈ ਕੇ ਕੀ ਵੱਖ ਵੱਖ ਮਸਲੇ ਹਨ, ਉਹਨਾਂ ਦੇ ਪਿੱਛੇ ਕੀ ਫੈਕਟਸ ਹੈਗੇ, ਬਿਕੋਜ਼ ਵਾਅਦੇ ਕਰਨੇ ਬਹੁਤ ਸੌਖੇ ਹੁੰਦੇ ਹੈ, ਬਟ ਜੋ ਰਿਐਲਿਟੀ ਹੁੰਦੀ ਹੈ ਉਹਨੂੰ ਲੁਕੋ ਕੇ ਰੱਖਣਾ ਮੈਨੂੰ ਲੱਗਦਾ ਰਾਜਨੀਤੀ ਦਾ ਇੱਕ ਖੇਲ ਹੀ ਤੁਸੀਂ ਕਹਿ ਸਕਦੇ ਹੋ। BS ਮਥਾਰੂ ਜੀ ਸਾਡੇ ਨਾਲ ਜੁੜੇ ਹਨ, ਰਿਟਾਇਰਡ ਚੀਫ ਇੰਜੀਨੀਅਰ ਪਾਵਰਕੌਮ ਤੋਂ। ਮਥਾਰੂ ਜੀ, ਯੂ ਨੋ ਇੱਥੇ ਅਗਰ ਮੈਂ ਪ੍ਰੋਗਰਾਮ ਦੀ ਕਲੋਜ਼ਿੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਹਾਂ, ਤੁਸੀਂ ਸਾਡੇ ਨਾਲ ਬਹੁਤ ਸਾਰੀ ਜਾਣਕਾਰੀ ਫੈਕਟਸ ਸ਼ੇਅਰ ਕੀਤੇ ਜੋ ਮੈਨੂੰ ਨਹੀਂ ਲੱਗਦਾ ਸਾਨੂੰ ਐਟਲੀਸਟ ਪੋਲੀਟੀਸ਼ੀਅਨਸ ਤੋਂ ਸੁਣਨ ਨੂੰ ਮਿਲਦੇ ਹੈ। ਬਟ ਆਫਕੋਰਸ ਯੂ ਐਨ ਇੰਜੀਨੀਅਰ, ਦਿਸ ਇਜ਼ ਯੂਅਰ ਜਾਬ, ਰਾਈਟ? ਤੁਸੀਂ ਫੈਕਟਸ ਦੇ ਵਿੱਚ ਗੱਲ ਕਰਦੇ, ਸੋ ਆਈ ਅਪਰੀਸ਼ੀਏਟ ਦੈਟ। ਮਥਾਰੂ ਜੀ, ਵੱਖ ਵੱਖ ਪ੍ਰੋਬਲਮਸ ਹੈਗੀਆਂ, ਭਾਵੇਂ ਉਹ ਸਬਸਿਡੀਜ਼ ਨੂੰ ਲੈ ਕੇ, ਬਿਜਲੀ ਦੀ ਰੇਟਸ ਨੂੰ ਲੈ ਕੇ, ਕਿਸ ਤਰ੍ਹਾਂ ਇਸ ਐਂਟੀਟੀ ਨੂੰ ਮੈਨੇਜ ਕੀਤਾ ਜਾ ਰਿਹਾ, ਆਲ ਆਫ ਦੀਜ਼ ਥਿੰਗਸ, ਰਾਈਟ? ਐਂਡ ਮੋਸਟ ਇੰਪੋਰਟੈਂਟਲੀ, ਇਹਦੀ ਗੱਲ ਕਿਸ ਤਰ੍ਹਾਂ ਹੋ ਰਹੀ ਹੈ ਇਸ ਇਲੈਕਸ਼ਨ ਸੀਜ਼ਨ ਦੇ ਵਿੱਚ? ਬਟ ਮੈਂ ਤੁਹਾਡੇ ਤੋਂ ਹੁਣ ਇੱਕ ਹੱਲ ਦੀ ਗੱਲ ਕਰਨਾ ਚਾਹੁੰਦੀ ਹਾਂ, ਯੂ ਨੋ ਸੋਲਿਊਸ਼ਨਸ ਦੀ ਗੱਲ ਕਰਨਾ ਚਾਹੁੰਦੀ ਹਾਂ, ਜਿੱਥੇ ਰਿਨਿਊਏਬਲ ਐਨਰਜੀ ਦੀ ਗੱਲ ਆਉਂਦੀ ਹੈ। ਹੁਣ ਪੂਰੀ ਦੁਨੀਆ ਦੇ ਵਿੱਚ ਵਾਤਾਵਰਣ ਨੂੰ ਲੈ ਕੇ ਇੱਕ ਜਾਗਰੂਕਤਾ ਵੇਖਣ ਨੂੰ ਮਿਲ ਰਹੀ ਹੈ, ਖਾਸ ਕਰਕੇ ਜੋ ਨੌਜਵਾਨ, ਜੋ ਯੂਥ ਹੈਗੀ, ਉਹ ਇਸ ਚੀਜ਼ 'ਤੇ ਬਹੁਤ ਹੀ ਜ਼ਿਆਦਾ ਫੋਕਸ ਪਾ ਰਹੇ, ਬਿਕੋਜ਼ ਇਹ ਸਾਡਾ ਫਿਊਚਰ ਹੈ, ਰਾਈਟ? ਸੋ ਰਿਨਿਊਏਬਲ ਐਨਰਜੀ ਕਿੰਨਾ ਕੁ ਸਾਨੂੰ ਪੰਜਾਬ ਦੇ ਵਿੱਚ ਇੱਕ ਵਾਇਬਲ ਸੋਲਿਊਸ਼ਨ ਆਫਰ ਕਰ ਸਕਦੀ ਹੈ, ਅਤੇ ਅਗਰ ਆਪਾਂ ਇਸ ਪੱਖ ਤੋਂ ਦੇਖੀਏ ਕਿ ਕੀ ਡਿਵੈਲਪਮੈਂਟ ਹੋਣੀ ਚਾਹੀਦੀ, ਤੁਸੀਂ ਕੀ ਸੋਚਦੇ ਹੋ ਕਿ ਇੱਕ ਰਿਐਲਿਟੀ ਪਰਸਪੈਕਟਿਵ ਤੋਂ ਕੀ ਕੁਝ ਹੋ ਸਕਦਾ ਹੈ? ਦੇਖੋ ਮੈਮ, ਜਿਸ ਤੱਕ ਰਿਨਿਊਰ ਦੀ ਗੱਲ ਕੀਤੀ ਜਾਂ ਇਹਨੂੰ ਆਪਾਂ ਜੋ ਸਾਡੀ ਮੈਨੇਜ ਕਰਨਾ ਮੈਕਸੀਮਮ ਡਿਮਾਂਡ ਨੂੰ ਉਹਦੇ ਨਾਲ ਜੇ ਆਪਾਂ ਜੋੜਦੇ ਹਾਂ, ਤੇ ਸਾਡਾ ਇਹ ਹੈ ਵੀ ਜਿਹੜੀ ਇਸ ਮੇਜਰ ਲੋਡ ਨੂੰ ਜਿਹੜੀ ਕਰਨ ਲਈ ਸਰਵ ਕਰਨ ਲਈ ਸਾਨੂੰ ਇਹ ਥਰਮਲ ਪਲਾਂਟਸ ਤਾਂ ਜ਼ਰੂਰੀ ਹੈਗੇ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਜੇ ਆਪਾਂ ਇਕੱਲੀ ਰਿਨਿਊਬਲ ਨੂੰ ਗੱਲ ਕਰੀਏ ਤਾਂ ਰਿਨਿਊਬਲ ਸਾਡਾ ਓਨਾ ਪਰਪਸ ਹੱਲ ਨਹੀਂ ਕਰ ਸਕਦੀ ਸਾਨੂੰ, ਕਿਉਂਕਿ ਓਨਾ ਉਹ ਰਿਨਿਊਬਲ ਦਾ ਫਿਊਲ ਅਵੇਲੇਬਲ ਨਹੀਂ ਹੈਗਾ। ਜੇ ਆਪਾਂ ਇਹਦੀ
बायोमास की गल करिए या दूसरी वो जिन्नी क अवेबिलिटी बनती उस चीज़ को इनक्रीज किया जा रहा डे बाई डे उस कुछ शक नहीं है। बट जे आप कही कि 14,000 मैगावाट मैं रिन्यूअल तो ही ले लाँगा वो इट्स नॉट पॉसिबल एट ऑल। वो सानू कोल प्लांट लाना ही पैना नंबर एक। सैकेंड हैगा सोलर पावर आ जाती रिन्यूअल के हूँ सोलर का भी फिर उही है भी मैं सोलर तो जदों अपना हॉट सीजन होएगा सनी डे हैगा तो ही चलेगा जी। जे बारिश हो गई या रात हैगी उदों तो सोलर नहीं चलना दैन अगेन वो साडा वो सिस्टम मीट विद नहीं कर पाएगा। उहदे विच की हैगा कि जिस तरह इन्होंने प्लांट प्लान किए सी गल फिर मैडम वो प्लानिंग ते आ डिगदी है कि जे उदों थर्मल प्लांट की बजाय जिदा हुण मैरी हैगी पीक डिमांड जी। पीक डिमांड वास्ते पीक डिमांड कोप अप करने लई उदां दा ही सिस्टम सानू अडोप्ट करना बनदा सीगा कि उहदे च जिदा गैस प्लांट है गैस प्लांट असीं पीक प्लांट मानदे हां कि जिहड़ा जल्दी चलाया जा सकता जल्दी बंद किया जा सकता जो लोड है उदों उन्हें चला लो। इदा ही पावर परचेज बाहरों करनी है या एनर्जी कंजरवेशन करनी है भी एनर्जी घटाने का कोई आप वसीला ये जिदा क्रॉप डायवर्सीफिकेशन आ जाती हैगी है जे आप हम पैडी ही दे मैक्सीम सा लोड पैडी करके है ट्यूबवैल जो कोई होर फसल बीजता डायवर्सीफाई करता है तो उद्दी उन्नी डिमांड घट जाती है जी। बट समस्या यह भी जो कोई होर कुछ बीजता हैगा तो उन्होंने उन्ने उहदे पैसे नहीं मिलते या उन्हों उहदी सेल दे विच वो दिक्कत है अगेन फिर अल्टीमेटली गवर्नमेंट का इशू वो हो गया ठीक है ना। ये भी एक इस पॉइंट पर काम करना बड़ा जरूरी है कि क्रॉप डाइवर्सीफिकेशन हो नंबर एक। दूसरा यह है कि ये जिदा मैं पहले भी दस्या सी एडमिनिस्ट्रेशन जिहड़ा हैगा टेक्नोक्रैट्स पावर्स दे के उन्होंने ये सिस्टम चलाने प्रॉपरली देना चाहिए। थर्ड जिहड़ा सब गल की थैफ्ट एंड डिफॉल्टिंग मोड जिहड़ी आपां गल करदे आ उहदे ते भी गवर्नमेंट नूं संजीदा होना पैणा कि कोई थैफ्ट ना कर सके तां कि एक चोरी कर रहा उहदा बोझ दूजा सह रहा इह तां जस्ट नॉट जेन्युइन थिंग ठीक है ना। इक मैं होर मैम जी प्लीज जस्ट प्लीज प्लीज जे आपां सप्लाई की गल करते हैं कई बार ये होंदा साडे कोल सप्लाई तो हैगी है आई कैन सप्लाई इट बट साडा जिहड़ा सिस्टम है अगे जिहड़ियां लाइनस मेरे घर तक आउंदियां ने वह प्रॉपर जे हैगियां तां ही किसी नूं सप्लाई पहुँचेगी ना। जे मेरी लागे इत्थे ब्रेकडाउन हैगी है कोई तार टुट गई है जां कुछ होर प्रॉब्लम है ग्रिड तक सप्लाई हैगी है पर मेरे तक नहीं आएगी जिन्नी देर नहीं चलेगा। सो उहदे विच जिहड़ा मेजर रोल हैगा आ वह साडा टैक्नीकल मैन पावर का बहुत है जिहड़ी कि इस वेले पंजाब दे विच बहुत वड्डी समस्या बनी हुई है मैन पावर नूं लैके। मैन पावर साड़ी इन्नी कु घट चुकी है टैक्निकल वो सिर्फ असी कॉन्ट्रैक्चुअल बेस से उन्होंने कोशिश कर रहे हैं करन दी कि इनू कॉन्ट्रैक्ट दे दो इनू कॉन्ट्रैक्ट दे दो पर वो मैं जो अपने तजर्बे ते भी देखिया और करा के भी देखिया लेकिन वो क्वालिटी सानू वो सिस्टम दे विचों नहीं मिल रही। तुसी इत्थे ये कह रहे हो कि जो ये मैन पावर का मसला है ते दूजे पासे पंजाब दे विच बेरोजगारी का मसला हैगा देयर आर टू साइड्स ऑफ द सेम कॉइन इज सॉल्व एक दूजे नु कर सकदे आ। हां बिल्कुल दोनों सगों कवर होणगे नेचुरली जे आपां बंदे होर रखांगे काम करनगे जे मैं महकमे दे विच आ ते मैनू महकमा अपना है मैं उस तरह काम करना जे मैं किसी कॉन्ट्रैक्ट दे थ्रू काम करना आई डोंट ओन द डिपार्टमेंट मैं तो जो मैं 5,000 रुपया मिलता है तो मैं उन्ना की काम करांगा जिन्ना होएगा एक तो सोच हैगी हैगी है ना कितने जिस तरह साडा हुण सिस्टम है बिलिंग की मैं गल कर रहा बिलिंग हुण सानू क्योंकि मैन पावर नहीं सी प्राइवेट करना पाया जिहड़े असीं मीटर रीडिंग लैने हैगे आ वो मेजर इशू है। मैं समझदा कि मीटर रीडिंग किसी प्राइवेट हाथ विच देना बिल्कुल गलत है मेरे जब बिलिंग मीटर रीडिंग तो होनी है मीटर रीडर प्राइवेट है उहदा मैं कोई ना कंसर्न कोई नहीं है जी। और वो जो मर्जी लिख दे कर दे बेहद है उते हो गया ना वो जो नुकसान जिन्ना उन्हें पर एक समस्या है कि मेरे को मैन पावर नहीं हैगी दैट्स व्हाई आई हैव टू गो प्राइवेट रीडिंग तो मैं लेनी है एवरी मंथ या एवरी बाई मंथ मथारू जी यू नो अनफॉर्चुनेटली सानू इत्थे समा ज़्यादा इजाजत नहीं दिंदा बट मैं जानते जाने तुहाडे तो एक क्वेश्चन पूछना चाहनी हाँ एंड आई नो डिस्क्लेमर कि तुसी एक परसनल कपैसिटी ते साडे नाल जुड़े हो एंड तुसी एक इंजीनियर बैकग्राउंड रखते हो यू आर नॉट अ पॉलिटिशियन बट अगर तुसी एक यू नो एक वोटर दे तौर ते एक पंजाब दे रेजिडेंट दे तौर ते साडे व्यूअर्स नू अपना ओपीनियन शेयर करना होए जो पार्टीज़ वक् वक् चीज़ा कह रही है खास करके बिजली नू लैके अगर तुसी एक चूज़ करनी होए जो सब तो ज़्यादा एक्यूरेट गल कर रही है या जो इस तरह की गल करिए जो एक्चुअली डिलीवरेबल हैगी कि किस पार्टी नू तुसी चूज़ करोगे। देखो मैं पार्टी का कोई पर्टिकुलर नाम तो नहीं लेना चाहूँगा
लेकिन जो मैं मानता मेरी सोच के मुताबिक मैं बाकी भी यही अपील करदा कि जिहड़ी भी पार्टी तुहाडी पेइंग कपैसिटी वधा सकती है फ्री नू छड्डो डोंट टेक मंगते ना बनो तुसी अपनी पेइंग कपैसिटी तुहानू रुजगार मिले तुहानू उदां दा माहौल मिले काम करन दा तुहाडे कोल पैसे होण तुसी खर्चो ठीक है ना जिहड़ा भी कोई पार्टी कोई इस तरह का सिस्टम तुहानू दे सकदी तुहाडी लिविंग बैटर कर सकती है मंगते बन के कदी कोई बैटर नहीं हो सकता ना इत्थे ही होया हैगा सीधी जी गल है सो ये जिहड़ा फ्री सिस्टम हैगा इहदे पिछे जा ना जा के जेन्युइनली ठीक है जिन्होंने लोड है उन्होंने हो जाए दैट्स गुड है पर यह भी आप हर कोई कही मैं भी फ्री मैं भी वो सानू मगर नहीं जाना चाहिए सो इसलिए आपू जोड़ा है वो चीज़ सारी देखते साडा स्टेट का भी तो ध्यान असी रखना होर कि नहीं रखना एब्सोल्युटली स्टेट साड़ी डुब रही है तो वो कि बचेगी जे फ्री करी जावे सो इसलिए सारे मते सारे वोटर्स नू भी अपील है एंड व्यूअर्स मैं जानना ने यही कहना चाहती हाँ मथारू जी ले साडे ले इस मुद्दे नू लैके पंजाब दे विच बिजली दे मुद्दे नू लैके अगर तुसी साडे ले कोई क्वेश्चंस कमेंट्स कंसर्न्स रखना चाहते हो जरूर सानू तुसी लिख सकते हो info@justbroadcasting.com आशमिता@justbroadcasting.com हुण मैनू दिओ इजाजत सत श्री अकाल